ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਡੇ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਵੀ ਅੱਜ ਸਾਰੇ ਜਣੇ ਘਰਾਂ ਦੇ ਵਿੱਚ ਨਿਕਲਣ ਤੋਂ ਪਹਿਲਾਂ ਆਪਣਾ ਖਿਆਲ ਜ਼ਰੂਰ ਰੱਖਿਓ। ਸਾਰਾ ਜਿਹੜਾ ਆਪਣਾ ਪ੍ਰੀਕਾਸ਼ਨਸ ਜਿਹੜੇ ਹੈ ਉਹਨਾਂ ਦਾ ਖਾਸ ਤੌਰ ਦੇ ਉੱਤੇ ਧਿਆਨ ਰੱਖਣਾ, ਕਿਉਂਕਿ ਮੀਂਹ ਜਿਹੜਾ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਔਰ ਚੇਤਾਵਨੀ ਜਾਰੀ ਕੀਤੀ ਗਈ ਹੈ। ਔਰ ਅਸੀਂ ਸਾਰੇ ਕਈ ਦਿਨਾਂ ਤੋਂ ਖਬਰ ਪੜ ਹੀ ਰਹੇ ਸੀਗੇ ਕਿ ਇੰਨੀ ਜ਼ੋਰ ਦੀ ਬਾਰਿਸ਼ ਆਉਣੀ ਹੈ ਔਰ ਪਿਛਲੇ ਕਾਫੀ ਦਿਨਾਂ ਤੋਂ ਮਾਹੌਲ ਜਿਹੜਾ ਹੈ ਵੈਦਰ ਦਾ ਉਹ ਇਦਾਂ ਹੀ ਚੱਲ ਰਿਹਾ ਹੈ। ਮੌਸਮ ਦੇ ਵਿੱਚ ਕਈ ਤਰ੍ਹਾਂ ਦੀਆਂ ਤਬਦੀਲੀਆਂ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ। ਸੋ ਅੱਜ ਡਰਾਈਵ ਵੀ ਕਰੋਗੇ, ਜੇ ਤੁਹਾਡਾ ਜ਼ਰੂਰੀ ਕੋਈ ਕੰਮ ਨਹੀਂ ਹੈ ਤਾਂ ਕੋਸ਼ਿਸ਼ ਕਰਿਓ ਘਰ ਦੇ ਵਿੱਚੋਂ ਨਾ ਨਿਕਲਿਓ। ਔਰ ਹਾਈਵੇਜ਼ ਦੇ ਉੱਤੇ ਜਾ ਰਹੇ ਹੋ ਜਾਂ ਰੋਡਸ ਦੇ ਉੱਤੇ ਜਾ ਰਹੇ ਹੋ, ਡਰਾਈਵਿੰਗ ਕਰਦੇ ਹੋਏ ਖਾਸ ਤੌਰ ਦੇ ਉੱਤੇ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਜ਼ਰੂਰ ਦੇਣਾ। ਇਸ ਤੋਂ ਇਲਾਵਾ ਸਟੇਟ ਆਫ ਐਮਰਜੈਂਸੀ ਜਿਹੜੀ BC ਦੇ ਵਿੱਚ ਹੈ ਉਹ ਵੀ ਵਧਾ ਦਿੱਤੀ ਗਈ ਹੈ, 14 ਦਸੰਬਰ ਤੱਕ ਲਾਗੂ ਕਰ ਦਿੱਤੀ ਗਈ ਹੈ। ਔਰ ਫਿਊਲ ਜਿਹੜੇ ਆਰਡਰਸ ਨੇ ਉਹ ਵੀ ਵਧਾ ਦਿੱਤੇ ਗਏ ਨੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕਿਤੇ ਨਾ ਕਿਤੇ ਹੜ੍ਹ ਪ੍ਰਭਾਵਿਤ ਜਿਹੜੇ ਇਲਾਕੇ ਨੇ ਉਹਨਾਂ ਕਾਰਨ ਹੋ ਰਹੀਆਂ ਨੇ। ਅਜਿਹੇ ਦੇ ਵਿੱਚ ਹੋਰ ਬੜੀਆਂ ਤਰ੍ਹਾਂ ਦੀਆਂ ਤਬਦੀਲੀਆਂ ਨੇ ਜਿਹੜੀਆਂ ਕਿ ਸਾਡੇ ਸਾਹਮਣੇ ਆ ਸਕਦੀਆਂ ਨੇ। ਪਰ ਇਹ ਜ਼ਰੂਰ ਕਹਿਣਾ ਚਾਹਾਂਗੇ ਕਿ ਇਹਨਾਂ ਹਾਲਾਤਾਂ ਦੇ ਵਿੱਚ ਜੇ ਕਿਤੇ ਨਾ ਕਿਤੇ ਹਰ ਤਰ੍ਹਾਂ ਦੀ ਜਾਣਕਾਰੀ ਸਾਨੂੰ ਮਿਲ ਰਹੀ ਹੈ ਉਸ ਜਾਣਕਾਰੀ ਨੂੰ ਆਪਣੇ ਤੱਕ ਸੀਮਿਤ ਨਾ ਕਰੋ, ਉਸ ਜਾਣਕਾਰੀ ਨੂੰ ਹਰ ਕਿਸੇ ਤੱਕ ਜਾਰੀ ਕਰੋ ਜਿਹੜੀ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਲੱਗਦਾ ਹੈ ਕਿਸੇ ਦੇ ਵੀ ਭਲਾਈ ਲਈ ਕੰਮ ਆ ਸਕਦੀ ਹੈ। ਹੁਣ ਇਹਨਾਂ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਐਬਸਫੋਰਡ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਉੱਥੇ ਲੋਕਾਂ ਨੂੰ ਬਹੁਤ ਤਰ੍ਹਾਂ ਦੇ ਜਿਹੜਾ ਚੀਜ਼ਾਂ ਦੀ ਲੋੜ ਹੈ। ਚੀਜ਼ਾਂ ਕਿਹੜੀਆਂ ਨੇ ਇਹਨਾਂ ਸੰਬੰਧੀ ਵੀ ਜਾਣਨਾ ਬਹੁਤ ਜ਼ਰੂਰੀ ਹੈ। ਹਾਲਾਂਕਿ ਬਹੁਤ ਸਾਰੀਆਂ ਸੰਸਥਾਵਾਂ ਇਸ ਦੌੜ ਦੇ ਵਿੱਚ ਮੋਹਰੀ ਕਤਾਰ ਦੇ ਵਿੱਚ ਸ਼ਾਮਿਲ ਨੇ ਜਿਹੜੀਆਂ ਕਿ ਉੱਥੋਂ ਤੱਕ ਹਰ ਜ਼ਰੂਰਤ ਦਾ ਸਮਾਨ ਜਿਹੜਾ ਪਹੁੰਚਾ ਰਹੀਆਂ ਨੇ। ਹੋਪ ਦੇ ਵਿੱਚ ਜਿਹੜੇ ਹਾਲਾਤ ਬਣੇ ਹੋਏ ਨੇ ਇਸ ਵੇਲੇ ਚਿਲਾ ਵੈਗ ਦੇ ਵਿੱਚ ਹਾਲਾਤ ਨੇ, ਹੋਰ ਬਹੁਤ ਸਾਰੇ ਇਲਾਕੇ ਨੇ ਜਿਹੜੇ ਇੱਕ ਦੂਜੇ ਤੋਂ ਪੂਰੀ ਤਰ੍ਹਾਂ ਟੁੱਟ ਚੁੱਕੇ ਨੇ। ਅਜਿਹੇ ਦੇ ਵਿੱਚ ਇਹ ਲੱਗ ਰਿਹਾ ਸੀਗਾ ਕਿ ਕਿਤੇ ਨਾ ਕਿਤੇ ਕੁਝ ਦਿਨਾਂ ਤੱਕ ਨੋਰਮਲ ਸਥਿਤੀ ਹੋ ਸਕਦੀ ਹੈ, ਪਰ ਅਜੇ ਕੁਝ ਦਿਖਾਈ ਨਹੀਂ ਦੇ ਰਿਹਾ ਕਿਉਂਕਿ ਮੀਂਹ ਨੇ ਜਿਸ ਤਰੀਕੇ ਨਾਲ ਆਪਣੀ ਰਫ਼ਤਾਰ ਫਿਰ ਤੋਂ ਫੜ ਰਹੀ ਹੈ ਹਾਲਾਤ ਹੋਰ ਵੀ ਚਿੰਤਾਜਨਕ ਬਣ ਚੁੱਕੇ ਨੇ। ਅੱਜ ਅਸੀਂ ਗੱਲ ਕਰਾਂਗੇ ਐਬਸਫੋਰਡ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਹੜ੍ਹ ਪ੍ਰਭਾਵਿਤ ਜਿਹੜੇ ਲੋਕ ਨੇ ਉਹਨਾਂ ਦੀ ਕੀ ਅਪਡੇਟ ਇਸ ਵੇਲੇ ਮਿਲ ਰਹੀ ਹੈ, ਕਿਹੜੀਆਂ ਕਿਹੜੀਆਂ ਥਾਵਾਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋ ਰਹੀਆਂ ਨੇ, ਅਤੇ ਜਿਹੜਾ ਸਮਾਨ ਹੈ ਜਿਹੜਾ ਸਾਨੂੰ ਲੱਗ ਰਿਹਾ ਵੀ ਅਸੀਂ ਇਹ ਲੋੜਾਂ ਉਹਨਾਂ ਤੱਕ ਪਹੁੰਚਾ ਰਹੇ ਹਾਂ, ਕਿਸੇ ਨਾ ਕਿਸੇ ਹੱਥੀਂ ਪਹੁੰਚਾ ਰਹੇ ਹਾਂ ਜਾਂ ਕਿਸੇ ਸੰਸਥਾ ਨੂੰ ਫੜਾ ਰਹੇ ਹਾਂ ਕਿ ਉਹਨਾਂ ਤੱਕ ਪਹੁੰਚ ਜਾਏ, ਕੀ ਉਹ ਉਹਨਾਂ ਤੱਕ ਪਹੁੰਚ ਰਿਹਾ ਔਰ ਕੀ ਅਸੀਂ ਸਹੀ ਜਾਣਕਾਰੀ ਦੇ ਵਿੱਚ ਹੈਗੇ ਹਾਂ ਕਿ ਸਹੀ ਸਮਾਨ ਹੀ ਅਸੀਂ ਉਹਨਾਂ ਤੱਕ ਪਹੁੰਚਾ ਰਹੇ ਹਾਂ ਜਾਂ ਉਹਨਾਂ ਨੂੰ ਕੁਝ ਹੋਰ ਚੀਜ਼ਾਂ ਦੀ ਲੋੜ ਹੈ। ਇਹਨਾਂ ਤਮਾਮ ਜਿਹੜੀਆਂ ਗੱਲਾਂ ਦੇ ਉੱਤੇ ਹੈ ਅਸੀਂ ਅੱਜ ਗੱਲਬਾਤ ਕਰਾਂਗੇ। ਸਾਡੇ ਨਾਲ ਗੁਰਦੁਆਰਾ ਦਸ਼ਮੇਸ਼ ਦਰਬਾਰ ਤੋਂ ਬੁਲਾਰੇ ਮਨਿੰਦਰ ਸਿੰਘ ਜੁੜੇ ਹੋਏ ਨੇ ਔਰ ਉਹਨਾਂ ਦੇ ਨਾਲ ਜਿਹੜੀ ਇੱਕ ਸੰਸਾਰ ਫਾਊਂਡੇਸ਼ਨ ਹੈ ਇਹ ਦੋਵੇਂ ਜੁੜ ਕੇ ਜਿਹੜੀਆਂ ਫਾਊਂਡੇਸ਼ਨਸ ਹੈ ਇਹਨਾਂ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਲੋਕਾਂ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਏ ਅਤੇ ਉੱਥੋਂ ਹੋਰ ਜਿਹੜੀਆਂ ਚੀਜ਼ਾਂ ਜਿਨ੍ਹਾਂ ਦੀ ਲੋੜ ਹੈ ਖਾਸ ਤੌਰ ਦੇ ਉੱਤੇ ਉਹ ਵੀ ਜਿਹੜੀ ਜਾਣਕਾਰੀ ਸਾਰੀ ਇਹਨਾਂ ਤੱਕ ਪਹੁੰਚ ਰਹੀ ਹੈ ਅਤੇ ਇਹ ਉਹੀ ਜ਼ਰੂਰੀ ਸਮਾਨ ਹੈ ਉਹਨਾਂ ਤੱਕ ਪਹੁੰਚਾ ਰਹੇ ਨੇ। ਮਨਿੰਦਰ ਸਿੰਘ ਜੁੜੇ ਹੋਏ ਨੇ, ਮਨਿੰਦਰ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਧੰਨਵਾਦ ਜੀ। ਜੀ ਮਨਿੰਦਰ, ਇਸ ਵੇਲੇ ਤੁਹਾਡੇ ਤੱਕ ਕੀ ਰਿਪੋਰਟ ਮਿਲ ਰਹੀ ਹੈ? ਜ਼ਾਹਿਰ ਜੀ ਗੱਲ ਹੈ ਗੁਰਦੁਆਰਾ ਦਸ਼ਮੇਸ਼ ਦਰਬਾਰ ਦੇ ਵੱਲੋਂ ਅਤੇ ਇੱਕ ਸੰਸਾਰ ਫਾਊਂਡੇਸ਼ਨ ਮਿਲ ਕੇ ਕੰਮ ਕਰ ਰਹੀਆਂ ਨੇ ਔਰ ਕਾਫੀ ਜਿਹੜਾ ਉਹਨਾਂ ਦੀ ਹੈਲਪ ਕਰ ਰਹੀਆਂ ਨੇ ਲੋਕਾਂ ਦੀ ਜਿਹੜੇ ਇਸ ਵੇਲੇ ਪ੍ਰਭਾਵਿਤ ਹੋ ਰਹੇ ਨੇ, ਕੀ ਅਪਡੇਟ ਮਿਲ ਰਹੀ ਹੈ ਉਹਨਾਂ ਤੱਕ? ਹਾਲਾਤ ਉੱਥੋਂ ਦੇ ਕਿਵੇਂ ਹੁਣ ਨਜ਼ਰ ਆ ਰਹੇ ਨੇ? ਹਾਂਜੀ, ਹਾਲਾਤ ਹਾਲੇ ਵੀ ਬਹੁਤ ਨਾਜ਼ੁਕ ਹੈ, ਲਾਈਕ ਐਜ਼ ਇਨ ਜਦੋਂ ਸਾਰਾ ਕੁਝ ਸ਼ੁਰੂ ਹੋਇਆ ਪਿਛਲੇ ਹਫ਼ਤੇ ਅਤੇ ਡੇਢ ਹਫ਼ਤੇ ਲਈ, ਹੁਣ ਬਹੁਤ ਜਿਹੜੀਆਂ ਸਿੱਖ ਸੰਸਥਾਵਾਂ ਆ ਸਪੈਸ਼ਲੀ ਜੇ ਉਸ ਪੱਖ ਤੋਂ ਗੱਲ ਕਰੀਏ ਉਦੋਂ ਗ੍ਰੇਟਰ ਕਮਿਊਨਿਟੀ ਇਨ ਜਨਰਲ ਨੇ ਬਹੁਤ ਸਪੋਰਟ ਕੀਤੀ ਹੈ, ਬਟ ਬਹੁਤ ਸਿੱਖ ਸੰਸਥਾਵਾਂ ਨੇ ਪੰਜਾਬੀ ਕਮਿਊਨਿਟੀ ਨੇ ਇਨ ਜਨਰਲ ਇਹਦੇ ਵਿੱਚ ਸਪੋਰਟ ਕੀਤੀ ਹੈ। ਸਾਰਿਆਂ ਦਾ ਫਰਜ਼ ਥੋੜ੍ਹਾ ਜਿਹਾ ਬਣਦਾ ਸੀਗਾ ਕਿ ਜਿੰਨੀ ਕਿ ਉਹ ਕਰ ਸਕਦੇ ਉਹ ਕਰਨ ਦੀ ਕੋਸ਼ਿਸ਼ ਕਰਨ, ਪਰ ਜਿੱਥੇ ਹਾਲੇ ਵੀ ਪਤਾ ਹੈ ਕਿ ਜਿਹੜੀ ਸਭ ਤੋਂ ਕਹਿ ਦਿਓ ਕਿ ਵਲਨਰੇਬਲ ਕਮਿਊਨਿਟੀਜ਼ ਆ, ਜਿੱਦਾਂ ਲਿਟਨ ਮੇਰਟ ਦੇ ਆਲੇ ਦੁਆਲੇ ਜਿਹੜੇ ਐਬਰੀਜਨਲ ਰਿਜ਼ਰਵਸ ਆ ਜਾਂ ਫਰਸਟ ਨੇਸ਼ਨਸ ਰਿਜ਼ਰਵੇਸ਼ਨਸ ਆ, ਉੱਥੇ ਜਿਹੜੇ ਰਾਹ ਵੀ ਆ ਅਤੇ ਪਹਿਲੋਂ ਆਈਸੋਲੇਟਡ ਪਹਿਲੋਂ ਹੀ ਆ, ਅਤੇ ਉੱਥੋਂ ਦੇ ਜਿਹੜੇ ਰਾਹ ਆ ਕਈ ਬ੍ਰਿਜਿਸ ਦੇ ਉੱਤੋਂ ਦੇ ਲੰਘ ਕੇ ਜਾਂਦੇ ਉਹ ਬ੍ਰਿਜਿਸ ਹੈ ਨਹੀਂ ਹੁਣ। ਸੋ ਜਿੰਨਾ ਵੀ ਸਮਾਨ ਉੱਥੇ ਕਈ ਥਾਂ 'ਤੇ ਜਾ ਰਿਹਾ ਆ, ਬਹੁਤ ਸੰਸਥਾਵਾਂ ਜਿਹੜੀਆਂ ਉਹ ਹੈਲੀਕਾਪਟਰਸ ਅਤੇ ਪਲੇਨਸ ਵਰਤ ਰਹੇ ਆ ਛੋਟੇ ਜਿਹੜੇ ਆ, ਅਤੇ ਉੱਥੇ ਲੈਂਡ ਕਰਕੇ ਉਹ ਸਪਲਾਈਜ ਛੱਡੀ ਜਾਂਦੇ ਆ। ਐਂਡ ਦੈਨ ਜਦੋਂ ਅਸੀਂ ਉਹਨੂੰ ਇੱਦਾਂ ਦੇਖਦੇ ਹਾਂ ਕਿ ਕਿੰਨੀ ਕੁ ਲੋੜ ਆ, ਅਸੀਂ ਜੇ ਦੇਖੀਏ ਕਿ ਜੇ ਕੋਈ ਵੀ ਰਾਹ ਅੰਦਰ ਬਾਹਰ ਜਾਣ ਲਈ ਨਹੀਂ ਹੈਗਾ ਕਿ ਆਲਮੋਸਟ ਇੱਕ ਡੇਲੀ ਜਾਂ 2 ਕੁ ਦਿਨਾਂ ਬਾਅਦ ਉੱਥੇ ਡਰੋਪਸ ਦੀ ਲੋੜ ਪੈ ਜਾਂਦੀ ਹੈ, ਸੈਂਕੜੇ ਲੋਕ ਉੱਥੇ ਰਹਿ ਰਹੇ ਆ ਅਤੇ ਉਹਨਾਂ ਲਈ ਫਿਰ ਜਿਹੜੀ ਬੇਸਿਕ ਨੈਸੈਸਿਟੀਜ਼ ਆ ਉਹ ਨਹੀਂ ਉਹਨਾਂ ਤੱਕ ਪਹੁੰਚ ਰਹੀਆਂ, ਅਤੇ ਕਈ ਥਾਂ 'ਤੇ ਜਿਹੜੀ ਲਾਈਕ ਐਜ਼ ਐਨ ਇਨੀਸ਼ਲੀ ਜਿਹੜੀ ਇਲੈਕਟ੍ਰੀਸਿਟੀ ਅਤੇ ਹੋਰ ਚੀਜ਼ਾਂ ਦੀ ਪ੍ਰੋਬਲਮ ਪਈ ਸੀਗੀ। ਸੋ ਜਦੋਂ ਆਪਾਂ ਕਹਿ ਰਹੇ ਕਿ ਕਿਹੋ ਜਿਹਾ ਮਾਹੌਲ ਬਣਿਆ ਆ, ਕਈ ਥਾਂ 'ਤੇ ਜਿਹੜੀ ਸਰਕਾਰ ਆ ਆਰਮੀ ਦੀ ਡਿਪਲੋਇਮੈਂਟ ਹੋਈ ਆ, ਰੋਡਸ ਹੁਣ ਹੌਲੀ ਹੌਲੀ ਖੁੱਲ੍ਹ ਰਹੀਆਂ ਆ, ਹਾਈਵੇ 3 ਅਤੇ 99 ਵੀ ਅਸੈਂਸ਼ਲ ਟਰੈਵਲ ਲਈ ਅੱਜ ਖੋਲ੍ਹਿਆ ਗਿਆ ਆ। ਸੋ ਕਈ ਚੀਜ਼ਾਂ ਓਕੇ ਚੱਲ ਰਹੀ ਹੈ, ਜਦੋਂ ਅਸੀਂ ਦੇਖਿਆ ਕਿ ਸਾਰਾ ਕੁਝ ਸ਼ੁਰੂ ਹੋਇਆ ਅਤੇ ਹੁਣ ਤੱਕ
ਤੇ ਹੁਣ ਜਿਹੜੇ ਅਗਲੇ 2-3 ਦਿਨ ਆ ਰਹੇ ਆ ਇਹ ਵੀ ਬੜੀ ਕ੍ਰਿਟੀਕਲ ਮੂਮੈਂਟ ਆ ਕਿ ਕੀ ਹੋਊਗਾ ਕਿ ਐਬਸਫਰਡ ਦੇ ਵਿੱਚ ਸਪੈਸ਼ਲੀ ਇਹ ਗੱਲ ਚੱਲ ਰਹੀ ਆ ਕਿ 120 ਤੋਂ 150 mm ਰੇਨ ਜਿਹੜਾ ਆ ਮੀਂਹ ਜਿਹੜਾ ਆ ਅਗਲੇ 2-3 ਦਿਨਾਂ 'ਚ ਪਊਗਾ ਬਿਲਕੁਲ ਅਤੇ ਮੁੜ ਕੇ ਜੇ ਕੋਈ ਵੀ ਡੈਮਸ ਫੇਲ ਹੁੰਦੀਆਂ ਜਾਂ ਕੋਈ ਫਲੱਡਿੰਗ ਫੇਸ ਸ਼ੁਰੂ ਹੋ ਜਾਂਦਾ ਹੈ ਫਿਰ ਅਸੀਂ ਮੁੜ ਕੇ ਉੱਥੇ ਆਣ ਕੇ ਖੜ੍ਹੇ ਹੋ ਜਾਣਾ ਬਿਲਕੁਲ ਸੋ ਆਈ ਥਿੰਕ ਹਾਲੇ ਵੀ ਜਿੰਨੇ ਵੀ ਭਾਈਚਾਰਾ ਆ ਜਿੰਨੇ ਵੀ ਗੁਰਦੁਆਰੇ ਸਾਹਿਬ ਆ ਜਿੰਨੇ ਵੀ ਸਮਾਜ ਸੇਵਾ ਔਰਗਨਾਈਜੇਸ਼ਨਸ ਆ ਉਹ ਸਾਰਿਆਂ ਲਈ ਹਾਲੇ ਵੀ ਜ਼ਰੂਰੀ ਹੈ ਕਿ ਉਹ ਆਪਣਾ ਜਿਹੜਾ ਇਹ ਪੂਰੀ ਤਰ੍ਹਾਂ ਧਿਆਨ ਦੇਣ ਕਿ ਅਗਲੇ 2-3 ਦਿਨਾਂ ਦੇ ਵਿੱਚ ਕਿ ਹਾਲੇ ਵੀ ਅਸੀਂ ਇੱਥੋਂ ਨਿਕਲੇ ਨਹੀਂ ਹੈ ਕਿ ਕਈਆਂ ਨੂੰ ਇਦਾਂ ਲੱਗ ਰਿਹਾ ਕਿ ਅਸੀਂ ਪੈਂਡੇਮਿਕ ਦੇ ਵਿੱਚੋਂ ਨਿਕਲੇ ਫਿਰ ਉਹਦੇ ਵਿੱਚ ਆਣ ਕੇ ਹੀਟ ਵੇਵ ਹੋ ਗਿਆ ਫਿਰ ਅੱਗੇ ਅੱਗਾਂ ਲੱਗ ਗਈਆਂ ਉਸ ਤੋਂ ਬਾਅਦ ਹੁਣ ਆ ਫਲੱਡਸ ਆ ਗਏ ਆ ਬਿਲਕੁਲ ਕਿ ਜਿਹੜਾ ਔਰ ਪੂਰਾ ਨਵੇਂ ਸਾਲ ਨਵੇਂ ਵਾਇਰਸ ਸਾਡੇ ਆਲੇ ਦੁਆਲੇ ਮੰਡਰਾ ਰਹੇ ਨੇ ਸੋ ਇਹ ਸਾਰਾ ਕੁਝ ਜਿਹੜਾ ਹੈ ਕੰਪਾਊਂਡ ਹੋਈ ਜਾ ਰਿਹਾ ਹੈ ਪਰ ਇੱਕ ਚੀਜ਼ ਜ਼ਰੂਰੀ ਹੈ ਕਿ ਜਿਹੜੀ ਰੈਜ਼ਿਲੀਐਂਸੀ ਹੈ ਐਸਪੈਸ਼ਲੀ ਜਿਹੜੀ ਸਿੱਖ ਕਮਿਊਨਿਟੀ ਦੀ ਹੈ ਜਾਂ ਪੰਜਾਬੀ ਭਾਈਚਾਰੇ ਦਾ ਹੈ ਉਹ ਦੱਸ ਰਿਹਾ ਹੈ ਕਿ ਹਰੇਕ ਜਿਹੜੀ ਵੀ ਕੋਈ ਨਾ ਕੋਈ ਲਾਈਕ ਐਜ਼ ਅ ਨੈਚੁਰਲ ਡਿਜ਼ਾਸਟਰ ਹੋਇਆ ਹੈ ਜਾਂ ਪੈਂਡੈਮਿਕ ਹੋਇਆ ਕੁਛ ਵੀ ਹੈ ਲੰਗਰ ਤੋਂ ਲੈ ਕੇ ਹੋਰ ਕੋਈ ਵੀ ਸੇਵਾ ਜਿਹੜੀ ਹੈ ਉਹ ਇਹ ਕਮਿਊਨਿਟੀ ਨੇ ਬੜੀ ਲਾਈਕ ਚੰਗੇ ਤਰੀਕੇ ਦੇ ਨਾਲ ਨਿਭਾਇਆ ਹੈ ਬਿਲਕੁਲ ਇਹ ਵੀ ਇੱਕ ਕਮਿਊਨਿਟੀ ਲਈ ਇੱਕ ਸ਼ਾਬਾਸ਼ੀ ਦੀ ਗੱਲ ਹੈ ਕਿ ਜਿਹੜੀ ਗੁਰੂ ਸਾਹਿਬ ਨੇ ਸਾਨੂੰ ਪ੍ਰਿੰਸੀਪਲਸ ਦਿੱਤੇ ਆ ਸਰਬੱਤੇ ਭਲੇ ਦਾ ਜਾਂ ਸੇਵਾ ਭਾਵਨਾ ਦਾ ਉਹ ਹਾਲੇ ਵੀ ਦ੍ਰਿੜਤਾ ਨਾਲ ਸਾਰੇ ਉੱਤੇ ਕਾਇਮ ਆ ਬਿਲਕੁਲ ਮਨਿੰਦਰ ਇਸ ਵੇਲੇ ਨੋ ਡਾਊਟ ਕਿ ਬਹੁਤ ਸਾਰੇ ਲੋਕ ਇਸ ਦੌੜ ਦੇ ਵਿੱਚ ਸ਼ਾਮਿਲ ਨੇ ਇਸ ਚੀਜ਼ ਦੇ ਵਿੱਚ ਲੱਗੇ ਹੋਏ ਨੇ ਕਿ ਕਿਤੇ ਤੱਕ ਜਿਹਦੇ ਕੋਲੋਂ ਜੋ ਵੀ ਮਦਦ ਪਹੁੰਚਾਈ ਜਾ ਸਕਦੀ ਹੈ ਹੜ੍ਹ ਪ੍ਰਭਾਵਿਤਾਂ ਤੱਕ ਉਹ ਪਹੁੰਚਾਈ ਜਾਏ ਅਸੀਂ ਬਹੁਤ ਸਾਰੇ ਟਰੱਕ ਡਰਾਈਵਰਸ ਜਿਹੜੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਸਾਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਇਨਫੈਕਟ ਅਸੀਂ ਮੈਸੇਜਸ ਜਿਹਨਾਂ ਲੋਕਾਂ ਨੂੰ ਕੀਤੇ ਵੀ ਅਸੀਂ ਇਸ ਵੇਲੇ ਇੱਥੇ ਫਸੇ ਹੋਏ ਹਾਂ ਉਹਨਾਂ ਲੋਕਾਂ ਨੇ ਐਜ਼ ਅ ਵਲੰਟੀਅਰ ਬਹੁਤ ਸੋਹਣਾ ਰੋਲ ਪਲੇ ਕੀਤਾ ਇੱਥੇ ਬੈਠੇ ਉਹਨਾਂ ਨੇ ਉਹ ਖਬਰ ਜਿਹੜੀ ਹੈ ਸਾਰੇ ਤੱਕ ਪਹੁੰਚਾਈ ਅਤੇ ਸਾਨੂੰ ਮਦਦ ਜਲਦੀ ਜਿਹੜੀ ਹੈ ਉਹ ਮਿਲ ਸਕੀ ਅਸੀਂ ਉੱਥੋਂ ਨਿਕਲ ਸਕੇ ਇਹ ਸਭ ਨੋ ਡਾਊਟ ਤੁਸੀਂ ਕਮਿਊਨਿਟੀ ਦੀ ਗੱਲ ਕਰ ਰਹੇ ਹੋ ਕਮਿਊਨਿਟੀ ਦੇ ਵੱਲੋਂ ਇਹ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਅਜਿਹੇ ਦੇ ਵਿੱਚ ਮੈਂ ਬਹੁਤ ਸਾਰੇ ਲੋਕ ਅਜਿਹੇ ਵੀ ਦੇਖੇ ਨੇ ਜਿਹੜੇ ਕਿ ਹਜੇ ਤੱਕ ਸਾਹਮਣੇ ਨਹੀਂ ਆਏ ਪਰ ਉਹ ਆਫ ਸਕਰੀਨ ਜਾਂ ਬਿਲਕੁਲ ਵੀ ਕਿਸੇ ਨੂੰ ਦੱਸੇ ਬਿਨਾਂ ਮਦਦ ਕਰ ਰਹੇ ਨੇ ਲਗਾਤਾਰ ਮੈਨੂੰ ਲੱਗਦਾ ਉਸ ਤੋਂ ਵਧੀਆ ਰੀਅਲ ਮਦਦ ਕੋਈ ਵੀ ਨਹੀਂ ਹੋ ਸਕਦੀ ਜਿਹੜੇ ਕਿ ਇਸ ਦੌੜ ਦੇ ਵਿੱਚ ਸ਼ਾਮਿਲ ਨਹੀਂ ਹੈ ਵੀ ਸਾਨੂੰ ਕਿਸੇ ਫੋਟੋ ਦੀ ਲੋੜ ਹੈ ਜਾਂ ਕੁਛ ਵੀ ਹੈ ਪਰ ਮਨਿੰਦਰ ਕੀ ਲੱਗਦਾ ਲੱਗਦਾ ਵੀ ਇਹ ਜਿਹੜਾ ਰਾਬਤਾ ਹੁੰਦਾ ਇਹ ਕਾਇਮ ਕਰਨਾ ਜ਼ਰੂਰੀ ਵੀ ਹੈ ਕਿਉਂਕਿ ਜਦੋਂ ਤੱਕ ਅਸੀਂ ਜੇ ਮਦਦ ਕਰ ਵੀ ਰਹੇ ਹਾਂ ਜੇ ਅਸੀਂ ਕਿਸੇ ਦੇ ਸਾਹਮਣੇ ਨਹੀਂ ਆ ਰਹੇ ਨਾ ਤੇ ਸਾਨੂੰ ਇਹੀ ਨਹੀਂ ਪਤਾ ਲੱਗ ਪਾ ਰਿਹਾ ਵੀ ਹੋ ਸਕਦਾ ਕੋਈ ਹੋਰ ਸਮਾਨ ਸਾਡੇ ਥਰੂ ਕਿਤੇ ਪਹੁੰਚਾਉਣਾ ਚਾਹੁੰਦਾ ਹੋਵੇ ਸੋ ਇਹ ਤੁਸੀਂ ਕਿਵੇਂ ਦੇਖਦੇ ਹੋ ਇਸ ਵੇਲੇ ਜਿਹੜੀ ਇਹ ਦੌੜ ਚੱਲ ਰਹੀ ਹੈ ਇਹ ਕਿਤੇ ਨਾ ਕਿਤੇ ਸਹੀ ਹੈ ਇਹ ਚੀਜ਼ ਜਾਂ ਫਿਰ ਜਿਹੜੇ ਗੁਪਤ ਦਾਨ ਜਿਹਨੂੰ ਕਹਿੰਦੇ ਨੇ ਜਾਂ ਗੁਪਤ ਮਦਦ ਕਰਨਾ ਚਾਹੁੰਦੇ ਨੇ ਉਹ ਵੀ ਇੱਕ ਤਰੀਕਾ ਵਧੀਆ ਹੁੰਦਾ ਇਹ ਇੱਕ ਬੈਲੈਂਸ ਹੈ ਅਸੀਂ ਹਰੇਕ ਸੰਸਥਾਵਾਂ ਦੇ ਵਿੱਚ ਇਹ ਚੱਲਦਾ ਆ ਕਿ ਕਿਹਨੇ ਮੋਹਰੇ ਆਉਣਾ ਆ ਕੋਈ ਸਪੋਕਸ ਪਰਸਨ ਜਾਂ ਬੁਲਾਰਾ ਬਣਦਾ ਆ ਹੁਣ ਸਾਡੇ ਵਰਗੇ ਆਣ ਕੇ ਇੱਥੇ ਤੁਹਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਆ ਪਰ ਜਿਹੜੇ ਅਸਲੀ ਸੇਵਾ ਹੋ ਰਹੀ ਆ ਹੱਥੀ ਸੇਵਾ ਹੋ ਰਹੀ ਆ ਉਹ ਬਹੁਤ ਸਾਰੇ ਵਾਲੰਟੀਅਰਸ ਕਮਿਊਨਿਟੀ ਦੇ ਵਿੱਚ ਕਦੀ ਕਿਸੇ ਨੂੰ ਲੱਭਣਾ ਹੀ ਨਹੀਂ ਉਹ ਜੀ ਅਤੇ ਉੱਦਾਂ ਦੀ ਸੇਵਾ ਜਿਹੜੀ ਆ ਲਾਈਕ ਗੁਰੂ ਮੁਤਾਬਕ ਤਾਂ ਉਹੀ ਸਭ ਤੋਂ ਉੱਚੀ ਸੇਵਾ ਆ ਕਿ ਕਿਸੇ ਨੂੰ ਪਤਾ ਹੀ ਨਹੀਂ ਲੱਗੇ ਕਿ ਕੌਣ ਕਰ ਗਿਆ ਅਤੇ ਕਰ ਗਿਆ ਉੱਦਾਂ ਪਰ ਉਹਦੇ ਵਿੱਚ ਇੱਕ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਵਰਗ ਆ ਜਦੋਂ ਤੁਸੀਂ ਇਨਫੋਰਮੇਸ਼ਨ ਡਿਸੈਮੀਨੇਸ਼ਨ ਕਰਨੀ ਹੈ ਉਹਦੇ ਵਿੱਚ ਇਹ ਵੀ ਗੱਲ ਜ਼ਰੂਰੀ ਹੋ ਜਾਂਦੀ ਹੈ ਕਿ ਜੇ ਤੁਸੀਂ ਲਾਰਜ ਅਮਾਊਂਟ ਆਫ ਸਪੋਰਟ ਛੇਤੀ ਚਾਹੁੰਦੇ ਆ ਕੋਈ ਵੀ ਕਾਰਜ ਦੇ ਵਿੱਚ ਫਿਰ ਉਹਦੇ ਵਿੱਚ ਉਹ ਜਿਹੜੀ ਪ੍ਰਮੋਸ਼ਨ ਹੈ ਜਾਂ ਮਾਰਕੀਟਿੰਗ ਹੈ ਉਹਦੀ ਵੀ ਲੋੜ ਪੈ ਜਾਂਦੀ ਹੈ ਉਹਦੇ ਵਿੱਚ ਭਾਵੇਂ ਉਹ ਸੇਵਾ ਸੰਸਥਾਵਾਂ ਹੋਣ ਜਾਂ ਗੁਰਦੁਆਰੇ ਸਾਹਿਬ ਹੋਣ ਜਾਂ ਕੋਈ ਇੰਡੀਵਿਜੁਅਲਸ ਵੀ ਹੋਣ ਜਿੱਦਾਂ ਤੁਸੀਂ ਦੱਸਿਆ ਸੀਗਾ ਕਿ ਟਰੱਕ ਡਰਾਈਵਰ ਜਿਹੜੇ ਵੀਰ ਸੀਗੇ ਜਿਹੜੇ ਉੱਥੇ ਸਟੱਕ ਹੋਏ ਸੀਗੇ ਕਈ ਥਾਂ 'ਤੇ ਉਹਨਾਂ ਨੇ ਇਨਫੋਰਮੇਸ਼ਨ ਬਾਹਰ ਭੇਜਣੀ ਉਹ ਇਨਫੋਰਮੇਸ਼ਨ ਜਿਹੜੀ ਹੈ ਸੋਸ਼ਲ ਮੀਡੀਆ 'ਤੇ ਚੜ੍ਹਨੀ ਸੋਸ਼ਲ ਮੀਡੀਆ ਰਾਹੀਂ ਜਿਹੜੀ ਹੈ ਸਪੋਰਟ ਹੈਲਪ ਕਿਸੇ ਨੂੰ ਪਤਾ ਲੱਗ ਗਿਆ ਕਿ ਓਕੇ ਇਹ ਜਿਹੜੇ ਫਸੇ ਆ ਹੋਪ ਦੇ ਨੇੜੇ ਜਾਂ ਲਿਟਨ ਨੇੜੇ ਜਾਂ ਮੇਰਠ ਨੇੜੇ ਜਾਂ ਕੈਮਲੂਪਸ ਦੇ ਵਿੱਚ ਫਿਰ ਉਹ ਜਿਹੜੀ ਲੋਕਲ ਕਮਿਊਨਿਟੀਜ਼ ਉੱਥੇ ਮੋਬਲਾਈਜ਼ ਹੋ ਜਾਂਦੀਆਂ ਆ ਸੋ ਇੱਕ ਪਾਸਿਓਂ ਐਜ਼ ਲੌਂਗ ਐਜ਼ ਜਿਹੜੀ ਭਾਵਨਾ ਆ ਉਹ ਸੇਵਾ ਦੀ ਆ ਸਿੱਖ ਪ੍ਰਤੀ ਤਾਂ ਉਹ ਸਭ ਕੁਛ ਹੀ ਠੀਕ ਆ ਪਰ ਜੇ ਭਾਵਨਾ ਜਿਹੜੀ ਆ ਉਹ ਹੰਕਾਰ ਦੀ ਆ ਜਾਂ ਹਉਮੈ ਦੀ ਆ ਜਾਂ ਸੈਲਫ ਪ੍ਰਮੋਸ਼ਨ ਦੀ ਆ ਫਿਰ ਉਹ ਤਾਂ ਜਿਹੜੀ ਗੱਲ ਆ ਵਿਅਕਤੀ ਅਤੇ ਗੁਰੂ ਦੇ ਵਿੱਚ ਆ ਐਟ ਦੀ ਐਂਡ ਆਫ ਦ ਡੇ ਉਹ ਤਾਂ ਕੋਈ ਜੱਜ ਨਹੀਂ ਕਰ ਸਕਦਾ ਅਤੇ ਯੂਜੁਅਲੀ ਕਮਿਊਨਿਟੀ ਨੂੰ ਆਪ ਹੀ ਪਤਾ ਲੱਗ ਜਾਂਦਾ ਆ ਕਿ ਕੌਣ ਇਹਦੇ ਵਿੱਚ ਸੇਵਾ ਕਰਨਾ ਆ ਅਤੇ ਕੌਣ ਆਪਣਾ ਨਾਂ ਬਣਾਉਣਾ ਆ ਪਰ ਐਂਡ 'ਤੇ ਤਾਂ ਇਹ ਗੱਲ ਹੋਣੀ ਚਾਹੀਦੀ ਹੈ ਕਿ ਜਿਹਨਾਂ ਲੋਕਾਂ ਦੀ ਸਪੋਰਟ ਕਰਨੀ ਆ ਉਹਨਾਂ ਨੂੰ ਮੁੱਖ ਰੱਖਿਆ ਜਾਵੇ ਉਹਨਾਂ ਦੀ ਜਿਹੜੀਆਂ ਲੋੜਾਂ ਆ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਿਹੜੀ ਚੀਜ਼ਾਂ ਦੀ ਲੋੜਾਂ ਆ ਰਾਦਰ ਦੈਨ ਕਿ ਅਸੀਂ ਉਹ ਚੀਜ਼ਾਂ ਜਿਹੜੀਆਂ ਸੌਖੀਆਂ ਆ ਉਹ ਕਰੀਏ ਕਿ ਜਿਹੜੇ ਲੋਕਾਂ ਨੂੰ ਐਕਚੁਅਲੀ ਲੋੜ ਆ ਉਹਨਾਂ ਤੱਕ ਪਹੁੰਚ ਕੇ ਗੱਲਬਾਤ ਕਰਕੇ ਜਾਣੀਏ ਕਿ ਉਹ ਕੀ ਆ ਉਹਦੇ ਨਾਲ ਮੈਂ ਇੱਕ ਗੱਲ ਐਡ ਕਰਨਾ ਚਾਹੁੰਦਾ ਹਾਂ ਇਹਦੇ ਵਿੱਚ ਸਾਨੂੰ ਜਿਹੜੇ ਕਾਨਸੈਪਟ ਦਿੱਤੇ ਗਏ ਆ ਈਵਨ ਲੰਗਰ ਆ ਮੈਂ ਨਾਲੇ ਇੱਥੇ ਗੱਲ ਬਾਲੀ ਨਹੀਂ ਵਧਾਉਂਦਾ ਪਰ ਲੰਗਰ ਦਾ ਜਿਹੜਾ ਕਾਨਸੈਪਟ ਆ ਉਹ ਸਿਰਫ ਭੁੱਖੇ ਨੂੰ ਭੋਜਨ ਛਕਾਉਣ ਦਾ ਨਹੀਂ ਹੈਗਾ ਉਹਦੇ ਵਿੱਚ ਇੱਕ ਪਰੰਪਰਾਵਾਂ ਜਿਹੜੀਆਂ ਰਚੀਆਂ ਗੁਰੂ ਸਾਹਿਬ ਨੇ ਕਰਕੇ ਲੰਗਰ ਵੀ ਇਹੋ ਜਿਹੀ ਚੀਜ਼ ਹੈ ਕਿ ਉਹ ਇੱਕ ਸੋਸ਼ੋ ਇਕਨੋਮਿਕ ਡਿਸਪੇਰਿਟੀ ਵੀ
ਜਿਹੜੇ ਇੱਥੇ ਇੱਕ ਕਹਾਵਤ ਹੈ ਕਿ ਤੁਸੀਂ ਜੇ ਕੋਈ ਭੁੱਖਾ ਆ ਤੁਸੀਂ ਉਹਨੂੰ ਖਾਣ ਲਈ ਕੁਝ ਦੇ ਦਿਓ ਇੱਕ ਦਿਨ ਲਈ ਖਾ ਲੂਗਾ ਲਾਈਕ ਐਜ਼ ਇਨ ਇਫ ਯੂ ਟੀਚ ਅ ਮੈਨ ਟੂ ਫਿਸ਼ ਹੀ ਵਿਲ ਈਟ ਫॉर ਅ ਡੇ ਜੇ ਤੁਸੀਂ ਉਹਨੂੰ ਫਿਸ਼ਿੰਗ ਸਿਖਾ ਦਿਓ ਉਹ ਆਪਣੀ ਜੀ ਪੂਰੀ ਲਾਈਫ ਲਈ ਖਾਊਗਾ ਬਿਲਕੁਲ ਉਹ ਜਿਹੜੀ ਗੱਲ ਤੁਸੀਂ ਲੈ ਲਓ ਕਿ ਤੁਸੀਂ ਜਦੋਂ ਅਸੀਂ ਲੋੜਵੰਦਾਂ ਦੀ ਗੱਲ ਕਰਦੇ ਹਾਂ ਭਾਵੇਂ ਉਹ ਲੰਗਰ ਦੇ ਵਿੱਚ ਹੀ ਹੈ ਉੱਥੇ ਇਕਨੋਮਿਕ ਡਿਸਪੈਰਿਟੀ ਹੈ ਪਰ ਅਸੀਂ ਕੀ ਕਰ ਰਹੇ ਹਾਂ ਆਮ ਤੌਰ ਤੇ ਇੰਕਲੂਡਿੰਗ ਮੈਂ ਵੀ ਵਿੱਚ ਹੀ ਹੋਊਂਗਾ ਕਿ ਅਸੀਂ ਜ਼ਿਆਦਾ ਆਮ ਤੌਰ ਤੇ ਉਹਨਾਂ ਨੂੰ ਇੱਕ ਫੋਰੋ ਆਪਰਚੁਨਿਟੀ ਬਣਾਈ ਹੈ ਪ੍ਰੋਮੋਸ਼ਨ ਬਣਾਇਆ ਹੈ ਬਿਲਕੁਲ ਬਿਲਕੁਲ ਕਿ ਅਸੀਂ ਜਾ ਕੇ ਫਲਾਣੇ ਥਾਂ ਲੰਗਰ ਦਿੱਤਾ ਫਲਾਣੇ ਥਾਂ ਅਸੀਂ ਆ ਐਗਜ਼ੈਕਟਲੀ ਕੀਤਾ ਹਾਂ ਹਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਉਹ ਸਰਫੇਸ ਲੈਵਲ ਹੈ ਉਹਦੇ ਥੱਲੇ ਬਹੁਤ ਕੁਝ ਹੋ ਰਿਹਾ ਹੈ ਕਿ ਪਹਿਲਾ ਸਵਾਲ ਤਾਂ ਸਿੱਖ ਲਏ ਗੁਰੂ ਨਾਨਕ ਸਾਹਿਬ ਦਾ ਸਵਾਲ ਤੇ ਗੁਰੂ ਗੋਬਿੰਦ ਸਿੰਘ ਦਾ ਤੱਕ ਸਵਾਲ ਇਹੀ ਸੀਗਾ ਕਿ ਤੂੰ ਲੋੜਵੰਦ ਕਿਉਂ ਆ ਦੇਰ ਇਜ਼ ਮਸਟ ਬੀ ਅ ਰੀਜ਼ਨ ਬਿਲਕੁਲ ਤੁਸੀਂ ਲੋੜਵੰਦ ਆ ਕਿ ਸੋਸਾਇਟੀ ਦੇ ਵਿੱਚ ਕੋਈ ਨਾ ਕੋਈ ਇਨਇਕੁਆਲਿਟੀ ਚੱਲ ਰਹੀ ਹੈ ਜਾਤਾਂ ਦੇ ਵਿੱਚ ਤੁਸੀਂ ਵੰਡ ਰਹੇ ਆ ਜਿਹੜੀ ਨੀਵੀਆਂ ਜਾਤਾਂ ਆ ਉਹਨਾਂ ਨੂੰ ਸੋਸਾਇਟੀ ਤੋਂ ਬਾਹਰ ਧੱਕਿਆ ਜਾਂਦਾ ਆ ਫਿਰ ਤਾਂ ਐਜੂਕੇਸ਼ਨ ਤੋਂ ਲੈ ਕੇ ਲੰਗਰ ਭੋਜਨ ਤੱਕ ਉਹ ਜਿਹੜੇ ਆ ਉਹ ਤੜਪ ਰਹੇ ਆ ਪਰ ਉਹਨਾਂ ਨੇ ਇਹ ਨਹੀਂ ਕਿਹਾ ਕਿ ਤੁਹਾਨੂੰ ਅਸੀਂ ਲੰਗਰੀ ਛਕਾਈ ਜਾਣਾ ਬਿਲਕੁਲ ਜੇ ਅਸੀਂ ਗੁਰੂ ਦੇ ਰੂਪ ਆ ਫਿਰ ਆਲਟੀਮੇਟਲੀ ਸਿੱਖ ਨੂੰ ਇਹ ਵੀ ਸੋਚਣਾ ਪੈਣਾ ਆ ਕਿ ਲੰਗਰ ਅੱਜ ਲਈ ਠੀਕ ਆ ਪਰ ਕੱਲ ਦੇ ਲਈ ਇਹ ਜਿਹੜੇ ਲੋਕ ਆ ਜਾਂ ਕਮਿਊਨਿਟੀ ਆ ਜਾਂ ਭਾਈਚਾਰਾ ਆ ਇਹਨਾਂ ਨੂੰ ਕਿਹੜੀ ਚੀਜ਼ ਦੀ ਲੋੜ ਆ ਤੇ ਅਸੀਂ ਬਿਲਕੁਲ ਉਹ ਗੁਰੂ ਰੂਪ ਬਣ ਕੇ ਇਹਨਾਂ ਦੀ ਸਪੋਰਟ ਕਿੱਦਾਂ ਕਰ ਸਕਦੇ ਆ ਸੋ ਇੱਕ ਸਟੈਪ ਉਹ ਤੋਂ ਲੋਅਰ ਵੀ ਜਾਣਾ ਪੈਣਾ ਕਿ ਭੋਜਨ ਜ਼ਰੂਰ ਤੇ ਲੰਗਰ ਜ਼ਰੂਰ ਛਕਾਓ ਕਿਉਂਕਿ ਉਹ ਅੱਜ ਦੇ ਦਿਨ ਲਈ ਉਹ ਸਰਵਾਈਵ ਕਰ ਲੂਗੇ ਪਰ ਨੈਕਸਟ ਕੁਐਸਚਨ ਸਿੱਖ ਕੌਮ ਲਈ ਪੰਥ ਲਈ ਭਾਈਚਾਰੇ ਲਈ ਇਹ ਆ ਜੀ ਕਿ ਇਹ ਡਿਸਪੈਰਿਟੀ ਕਿਉਂ ਆ ਫਿਰ ਉੱਥੇ ਜਾ ਕੇ ਟਕਰਾਅ ਹੁੰਦਾ ਆ ਬਿਲਕੁਲ ਵਿਚਾਰਧਾਰਾ ਦਾ ਹਾਂ ਸੋ ਬਹੁਤ ਸਾਰੇ ਲੋਕ ਜਦੋਂ ਇਸ ਚੀਜ਼ ਲਈ ਅੱਗੇ ਆਏ ਮਨਿੰਦਰ ਅਤੇ ਬੜੇ ਸਾਰੇ ਲੋਕਾਂ ਨੇ ਇਹ ਗੱਲ ਆਪਣੇ ਆਪਣੇ ਪਲੇਟਫਾਰਮ ਦੇ ਉੱਤੋਂ ਕਹੀ ਹੈ ਵੀ ਐਬਸਫਰਡ ਦੇ ਵਿੱਚ ਜਾਂ ਹੋਰ ਇਲਾਕਿਆਂ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਹੈ ਉਹਨਾਂ ਵਾਸਤੇ ਜਿਹੜਾ ਸਮਾਨ ਜਾਣਾ ਹੈ ਸੋ ਜੇ ਲੋਕ ਅੱਗੇ ਆਉਣਾ ਚਾਹੁੰਦੇ ਨੇ ਮਦਦ ਕਰਨਾ ਚਾਹੁੰਦੇ ਸਾਡੇ ਨਾਲ ਰਾਬਤਾ ਕਾਇਮ ਕਰ ਸਕਦੇ ਨੇ ਬੀ ਇੱਕ ਜਰਨਲਿਸਟ ਅਸੀਂ ਇਸ ਚੀਜ਼ ਵੀ ਮਹਿਸੂਸ ਕੀਤੀ ਹੈ ਕਿ ਜਦੋਂ ਅਸੀਂ ਬਹੁਤ ਸਾਰੇ ਲੋਕਾਂ ਦੀ ਇੰਟਰਵਿਊਜ਼ ਕਰ ਰਹੇ ਸੀਗੇ ਤਾਂ ਇੱਦਾਂ ਲੱਗ ਰਿਹਾ ਸੀ ਜੇ ਅਸੀਂ ਕਨਫਿਊਜ਼ ਹਾਂ ਤਾਂ ਆਮ ਲੋਕ ਵੀ ਕਨਫਿਊਜ਼ ਹੋ ਸਕਦੇ ਨੇ ਕਿ ਅਸੀਂ ਜੇ ਸਮਾਨ ਪਹੁੰਚਾਉਣਾ ਤਾਂ ਕਿਹਦੇ ਥਰੂ ਪਹੁੰਚਾਈਏ ਇਹ ਠੀਕ ਹੈ ਉਹ ਠੀਕ ਹੈ ਜਾਂ ਉਹ ਠੀਕ ਹੈ ਇਹ ਇੱਕ ਕਿਸਮ ਦੀ ਇੱਕ ਕਨਫਿਊਜ਼ਨ ਵੀ ਕਿਤੇ ਨਾ ਕਿਤੇ ਪੈਦਾ ਹੋ ਗਈ ਸੋ ਮਨਿੰਦਰ ਇਹ ਮੈਂ ਆਪਣੀ ਨੌਲੇਜ ਲਈ ਵੀ ਤੁਹਾਨੂੰ ਇਹ ਸਵਾਲ ਕਰ ਰਹੀ ਹਾਂ ਕਿ ਇੱਦਾਂ ਹੋ ਸਕਦਾ ਹੈ ਕਿ ਇੱਕ ਪਲੇਟਫਾਰਮ ਜਦੋਂ ਇੱਦਾਂ ਦਾ ਇਹ ਵੱਡਾ ਡਿਜ਼ਾਸਟਰ ਹੈ ਜਿਹੜਾ ਇਹ ਹੋਇਆ ਇਹ ਇਹੋ ਜਿਹੀ ਕੁਦਰਤੀ ਆਫਤ ਹੈ ਜਿਹਦੇ ਵਿੱਚੋਂ ਆਸਾਨੀ ਨਾਲ ਹੀ ਨਿਕਲਿਆ ਜਾ ਸਕਦਾ ਬਹੁਤ ਸਮਾਂ ਲੱਗ ਜਾਣਾ ਅਜਿਹੇ ਦੇ ਵਿੱਚ ਅਤੇ ਇੱਦਾਂ ਹੋ ਸਕਦਾ ਵੀ ਇੱਕ ਪਲੇਟਫਾਰਮ ਦੇ ਉੱਤੇ ਵੀ ਆ ਕੇ ਇਸ ਚੀਜ਼ ਨਾਲ ਨਿਪਟਿਆ ਜਾ ਸਕਦਾ ਹੈ ਕੁਛ ਇੱਦਾਂ ਹੈ ਜਾਂ ਇੱਦਾਂ ਨਹੀਂ ਹੋ ਸਕਦਾ ਇਹਦੇ ਜਿੱਦਾਂ ਸਾਨੂੰ ਕਦੇ ਕਦੇ ਲੱਗਦਾ ਹੈ ਕਿ ਸਾਡੀ ਕਮਿਊਨਿਟੀ ਜਿਹੜੀ ਹੈ ਉਹ ਇਦਾਂ ਬਿਹੇਵ ਕਰਦੀ ਹੈ ਕਿ ਛੇਤੀ ਛੇਤੀ ਜਿਹੜਾ ਵੀ ਕੁਛ ਕਰ ਸਕਦਾ ਹੈ ਆਈ ਥਿੰਕ ਸਾਰਿਆਂ ਦੀ ਭਾਵਨਾਵਾਂ ਕਿਤੇ ਨਾ ਕਿਤੇ ਚੰਗੀਆਂ ਹੈ ਲਾਈਕ ਮੇਰੀ ਮੇ ਬੀ ਸਭ ਤੋਂ ਮਾੜੀ ਹੋਊਗੀ ਬਟ ਬਾਕੀਆਂ ਦੀ ਤਾਂ ਚੰਗੀਆਂ ਹੀ ਹੋਣਗੀਆਂ ਪਰ ਇਹਦੇ ਵਿੱਚ ਇਹ ਹੈ ਕਿ ਲਾਈਕ ਜਿਹੜੇ ਹੁਣ ਕ੍ਰਿਸਚਨ ਚਰਚਿਸ ਆ ਸਾਰਿਆਂ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਸਪੋਰਟ ਕਰੀਏ ਹੈਲਪ ਕਰੀਏ ਛੋਟੇ ਮੋਟੇ ਮਤਭੇਦ ਕਰਕੇ ਡੇ ਟੂ ਡੇ ਉਹ ਔਰਗਨਾਈਜੇਸ਼ਨ ਜਿਹੜੀਆਂ ਨਹੀਂ ਇੱਕ ਦੂਜੇ ਨਾਲ ਚੱਲਦੀਆਂ ਪਰ ਤੁਹਾਡਾ ਸਵਾਲ ਜਿਹੜਾ ਆ ਅਤੇ ਕਮੈਂਟ ਜਿਹੜੀ ਹੈ ਬਿਲਕੁਲ ਜਾਇਜ਼ ਆ ਕਰਕੇ ਜਦੋਂ ਨੈਚੁਰਲ ਡਿਜ਼ਾਸਟਰਸ ਇਸ ਪੱਧਰ ਦੇ ਹੁੰਦੇ ਆ ਉਹਦੇ ਵਿੱਚ ਇੱਕ ਕੋਆਰਡੀਨੇਟਿਡ ਰਿਸਪੋਂਸ ਬਹੁਤ ਵਧੀਆ ਰਹਿੰਦਾ ਆ ਕਿਉਂਕਿ ਮੇਰਾ ਕੰਮ ਵੀ ਥੋੜ੍ਹਾ ਜਿਹਾ ਪਰਸਨਲੀ ਐਮਰਜੈਂਸੀ ਰਿਸਪੋਂਸ ਸਿਸਟਮਸ ਦੇ ਵਿੱਚ ਹੈ ਉਹਦੇ ਵਿੱਚ ਵੀ ਤੁਸੀਂ ਦੇਖਦੇ ਹੋ ਕਿ ਜਿੰਨਾ ਤੁਹਾਡਾ ਵੱਡਾ ਆਪਰੇਸ਼ਨ ਆ ਜਿੰਨੀਆਂ ਇਸ ਗੁਰਦੁਆਰਾ ਸਾਹਿਬ ਆ ਸਿੱਖ ਕਮਿਊਨਿਟੀ ਨੂੰ ਲੈ ਲਈਏ ਕਿ ਜਿੰਨੇ ਸਾਡੇ ਗੁਰਦੁਆਰਾ ਸਾਹਿਬ ਆ ਲੋਕਲ ਏਰੀਆ ਦੇ ਵਿੱਚ ਵੈਂਕੂਵਰ ਤੋਂ ਲੈ ਕੇ ਐਬਸਫੋਰਡ ਤੱਕ ਬੱਚੇ ਅਤੇ ਜਿੰਨੇ ਵੀ ਸਾਡੀਆਂ ਸੇਵਾ ਸੰਸਥਾਵਾਂ ਆ ਕਿਤੇ ਨਾ ਕਿਤੇ ਇੱਕ ਯੂ ਨੋ ਲੋਅਰ ਮੇਨਲੈਂਡ ਬੋਰਡ ਵੀ ਬਣ ਸਕਦਾ ਹੈ ਕਿ ਜਦੋਂ ਇੰਨੇ ਵੱਡੇ ਪੱਧਰ 'ਤੇ ਕੁਛ ਹੁੰਦਾ ਹੈ ਜੀ ਸਾਰੇ ਜਾਣੇ ਇਕੱਠੇ ਹੋ ਜਾਓ ਅਤੇ ਇੱਕ ਪਲੇਟਫਾਰਮ 'ਤੇ ਸਾਰੇ ਜਾਣੇ ਸਾਂਝੇ ਹੋ ਕੇ ਕੁਛ ਕਰੋ ਇਹ ਅਸੀਂ ਕਦੀ ਵੀ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਛੋਟੇ ਲੈਵਲ 'ਤੇ ਕੀਤਾ ਹੈ ਕਿ 8-10 ਜਿਹੜੇ ਗੁਰਦੁਆਰੇ ਆ ਉਹ ਇਕੱਠੇ ਕੰਮ ਕਰ ਲੈਂਦੇ ਆ ਅਤੇ ਜਿਹੜੀ ਸੇਵਾ ਸੰਸਥਾਵਾਂ ਹੋ ਸਕਦਾ ਉਹਨਾਂ ਦਾ ਵੀ ਪਰ ਇੱਕ ਕੋਆਰਡੀਨੇਟਿਡ ਸਿਸਟਮ ਨਹੀਂ ਹੈਗਾ ਪਰ ਜਿਹੜੀ ਇਹ ਗੱਲ ਆ ਇਹ ਅਗਾਂਹ ਲਈ ਇੱਕ ਬਹੁਤ ਵਧੀਆ ਸੁਝਾਅ ਆ ਕਈ ਵਾਰੀ ਕਮਿਊਨਿਟੀ 'ਚ ਹੁਣ ਵੀ ਮਿਲਿਆ ਕਿ ਅਸੀਂ ਕਨਫਿਊਜ਼ਡ ਹਾਂ ਕਿ ਹੁਣ ਅਸੀਂ ਦਸ਼ਮੇਸ਼ ਦਰਬਾਰ ਜਾਈਏ ਜਾਂ ਦੁੱਖ ਨਿਵਾਰਨ ਜਾਈਏ ਜਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਜਾਈਏ ਅਤੇ ਅਸੀਂ ਤਾਂ ਜਦੋਂ ਸਾਰਿਆਂ ਨੂੰ ਕਹਿੰਦੇ ਕਿ ਜਿੱਥੇ ਤੁਹਾਡੇ ਨੂੰ ਨੇੜਾ ਆ ਉੱਥੇ ਚਲੇ ਜਾਓ ਸਾਰੇ ਹੀ ਠੀਕ ਆ ਲਾਈਕ ਐਸ ਇਨ ਸਾਰਿਆਂ ਨੇ ਉੱਥੇ ਤੱਕ ਦਾਨ ਜਿਹੜਾ ਆ ਪਹੁੰਚਾ ਦੇਣਾ ਆ ਸਾਰੇ ਆਪਣੇ ਆਪਣੇ ਨੈਟਵਰਕਸ ਰਾਹੀਂ ਕੰਮ ਕਰ ਰਹੇ ਆ ਪਰ ਇਹ 'ਚੋਂ ਨਿਕਲਦੇ ਹਾਂ ਇਸ ਸਾਲ ਜਦੋਂ ਸਾਰਾ ਕੁਝ ਆਪਾਂ ਲਿਸਟ ਕੀਤਾ ਕਿ ਕਿੰਨੀ ਨੈਚੁਰਲ ਡਿਜ਼ਾਸਟਰਸ ਹੋਇਆ ਇਸ ਸਾਲ ਇਹ ਸਾਡੇ ਲਈ ਵੀ ਇੱਕ ਸਬਕ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਵਾਕਈ ਸੇਵਾ ਅਤੇ ਭਲਾਈ ਲਈ ਕੰਮ ਕਰ ਰਹੇ ਹਾਂ ਜੀ ਅਤੇ ਵੱਡੇ ਪੱਧਰ 'ਤੇ ਸਾਨੂੰ ਇਕੱਠੇ ਹੋ ਕੇ ਐਟਲੀਸਟ ਇਸ ਮੁਹਿੰਮ ਦੇ ਵਿੱਚ ਕਿਉਂਕਿ ਇਹ ਤਾਂ ਬੇਸਿਕ ਗੱਲ ਆ ਜਿਹੜੀ ਸਿਆਸੀ ਗੱਲਾਂ ਹੁੰਦੀਆਂ ਉਹਦੇ ਵਿੱਚ ਤੁਹਾਡੇ ਮਤਭੇਦ ਵੱਧ ਜਾਂਦੇ ਆ ਪਰ ਜਿਹੜੀ ਸੇਵਾ ਭਾਵਨਾ ਵਾਲੀ ਗੱਲ ਆ
ਉੱਥੇ ਮਤਭੇਦ ਤਾਂ ਹੋਣਗੇ ਜੇ ਅਸੀਂ ਹੰਕਾਰੇ ਹੋਏ ਹਾਂ, ਬਿਲਕੁਲ ਦੈਟਸ ਦੀ ਓਨਲੀ ਰੀਜ਼ਨ। ਹਾਂ, ਔਰ ਜੇ ਅਸੀਂ ਮਦਦ ਲਈ ਅੱਗੇ ਆ ਰਹੇ ਹਾਂ ਤਾਂ ਇਟ ਮੀਨਸ ਕਿ ਇਹਦੇ ਵਿੱਚ ਹੰਕਾਰ ਵਾਲੀ ਕੋਈ ਚੀਜ਼ ਨਹੀਂ ਹੈ, ਅਸੀਂ ਮਦਦ ਕਰਨਾ ਚਾਹੁੰਦੇ ਹਾਂ, ਸੇਵਾ ਕਰਨਾ ਚਾਹੁੰਦੇ ਹਾਂ, ਪਰ ਉਹ ਸੇਵਾ ਕਿਤੇ ਨਾ ਕਿਤੇ ਜਦੋਂ ਬਿਖਰ ਜਾਂਦੀ ਹੈ, ਜਦੋਂ ਇਦਾਂ ਦੀ ਕਿਸੇ ਵੀ, ਕਿਉਂਕਿ ਚੰਗੀ ਭਾਵਨਾ ਨਾਲ ਸਾਰੇ ਇਸ ਕੰਮ ਲਈ ਲੱਗੇ ਹੋਏ ਨੇ, ਪਰ ਇਸ ਚੰਗੀ ਭਾਵਨਾ ਦੇ ਉੱਤੇ ਕਿਤੇ ਨਾ ਕਿਤੇ ਜਦੋਂ ਇਦਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਤਾਂ ਉਹ ਸੇਵਾ ਵੀ ਜਿਹੜੀ ਹੈ ਉਹ ਛੁੱਪ ਜਾਂਦੀ ਹੈ ਤੇ ਜਿਹੜੀ ਮਾੜੀ ਚੀਜ਼ ਹੈ ਉਹ ਕਿਤੇ ਨਾ ਕਿਤੇ ਉਹਦੀ ਪਰਤ ਉੱਤੇ ਬਣ ਜਾਂਦੀ ਹੈ। ਬਿਲਕੁਲ ਮਨਿੰਦਰ, ਹੁਣ ਕੀ ਲੱਗਦਾ ਤੁਸੀਂ ਜੋ ਰਿਵਿਊ ਕਰ ਰਹੇ ਹੋ ਇਸ ਵੇਲੇ, ਕਿੰਨੀ ਮਦਦ ਤੁਹਾਡੇ ਵੱਲੋਂ ਪਹੁੰਚਾਈ ਜਾ ਰਹੀ ਹੈ, ਕੀ ਕੁਛ ਇਸ ਵੇਲੇ ਕਰ ਰਹੇ ਹੋ, ਕਿੰਨੀ ਸਹਾ ਕਿੰਨੇ ਲੋਕਾਂ ਤੱਕ ਮਦਦ ਜਿਹੜੀ ਹੈ ਪਹੁੰਚ ਰਹੀ ਹੈ? ਆਈ ਥਿੰਕ ਤਕਰੀਬਨ ਜਿਹੜਾ ਕੰਮ ਗੁਰਦੁਆਰਾ ਸਾਹਿਬ ਨੇ ਕੀਤਾ ਆ ਨਾਲ ਇੱਕ ਸੰਸਾਰ ਫਾਊਂਡੇਸ਼ਨ ਨੇ, ਅਤੇ ਜਿਹੜੀ ਇੱਕ ਸੰਸਾਰ ਫਾਊਂਡੇਸ਼ਨ ਆ ਇਹ ਕੁਛ ਸਾਲਾਂ ਲਈ ਹੁਣ ਖੜੀ ਹੋਈ ਹੈ, ਅਤੇ ਇੱਥੇ ਲੋਕਲ ਜਿਹੜੇ ਨੌਜਵਾਨ ਆ ਉਹਨਾਂ ਵੱਲੋਂ ਚਲਾਈ ਜਾ ਰਹੀ ਹੈ, ਅਤੇ ਉਹਦੇ ਵਿੱਚ ਜਿਹੜੀ ਪ੍ਰਾਈਮਰੀ ਉਹਨਾਂ ਦਾ ਫੋਕਸ ਹੈ ਉਹ ਹੈਗਾ ਆ ਜਿਹੜੇ ਐਟ ਰਿਸਕ ਵੁਮੈਨ ਐਂਡ ਚਿਲਡਰਨ ਆ, ਅਤੇ ਬੀਬੀਆਂ ਅਤੇ ਬੱਚੇ ਜਿਹੜੇ ਐਟ ਰਿਸਕ ਆ, ਅਤੇ ਨਾਲ ਨਾਲ ਜਿਹੜੀਆਂ ਮੂਲ ਨਿਵਾਸੀ ਐਬਰੀਜਨਲ ਕਮਿਊਨਿਟੀਜ਼ ਆ, ਅਤੇ ਉਹਨਾਂ ਦਾ ਪ੍ਰਾਈਮਰੀ ਫੋਕਸ ਉਹਨਾਂ ਦੇ ਉੱਤੇ ਆ। ਸੋ ਇਸ ਮੁਹਿੰਮ ਦੇ ਵਿੱਚ ਵੀ ਉਹਨਾਂ ਨੇ ਪ੍ਰਾਈਮਰੀ ਫੋਕਸ ਉਹ ਚਾਹੁੰਦੇ ਸੀਗੇ। ਗੁਰਦੁਆਰਾ ਸਾਹਿਬ ਤਾਂ ਇੱਕ ਜਿੱਦਾਂ ਕਹਿ ਲਓ ਕਿ ਡਰੌਪ ਸਟੇਸ਼ਨ ਹੈ, ਹਾਂਜੀ, ਉਹਦੇ ਸੇਵਾਦਾਰ ਜ਼ਰੂਰ ਹੈਗੇ ਆ, ਬਿਲਕੁਲ, ਪਰ ਜਿਹੜੀ ਨੌਜਵਾਨ ਕਮਿਊਨਿਟੀ ਦੇ ਵਿੱਚ ਆ ਸਾਡੀ ਸੇਵਾ ਉਹ ਨਿਭਾ ਰਹੇ ਆ। ਸੋ ਇਹ ਫਾਊਂਡੇਸ਼ਨ ਰਾਹੀਂ ਇਹਨਾਂ ਦੇ ਨਾਲ ਹੋਰ ਵੀ ਜਿਹੜੇ ਸੁਸਾਇਟੀਜ਼ ਜੁੜੀਆਂ ਆ, 13-13 ਸੁਸਾਇਟੀ ਆ, ਕਿਰਪਾ ਕਲੈਕਟਿਵ ਆ, ਪਰ ਨਾਲ ਨਾਲ ਜਿਹੜੇ ਮੇਨ ਸਟ੍ਰੀਮ ਔਰਗਨਾਈਜੇਸ਼ਨ ਆ, ਟੈਲਸ ਮੋਬਿਲਿਟੀ ਆ, ਕੀਆ ਵੈਸਟ ਜਿਹੜਾ ਕੁਕਵਿਲਮ ਦੇ ਵਿੱਚ ਆ, ਅਤੇ ਵੈਸਟ ਕੋਸਟ ਪਾਇਲਟਸ, ਇਹ ਸਾਰੇ ਜਾਣੇ ਉਹਨਾਂ ਦੇ ਨਾਲ ਜੁੜੇ ਹੋਏ ਆ, ਅਤੇ ਉਹਨਾਂ ਨੇ ਆਪਣੀ ਆਪਣੀ ਸੇਵਾ ਆਪਣੇ ਤਰੀਕੇ ਨਾਲ ਨਿਭਾ ਰਹੇ ਆ। ਅਤੇ ਉਹਦੇ ਵਿੱਚ ਜਦੋਂ ਸਾਰਾ ਕੁਛ ਸ਼ੁਰੂ ਹੋਇਆ ਪਹਿਲੇ 1-2 ਦਿਨਾਂ ਦੇ ਵਿੱਚ ਹੀ ਜਿਹੜੇ ਕੀਆ ਵੈਸਟ ਆ ਕੁਕਵਿਲਮ ਦੇ ਵਿੱਚ, ਉਹਨਾਂ ਦਾ ਓਨਰ ਜਿਹੜਾ ਆ ਗੋਰਾ ਆ ਮਾਰਕ, ਉਹਨੇ ਆਫਰ ਕੀਤਾ ਸੀਗਾ ਕਿ ਸਾਡੇ ਉਹਦਾ ਪਲੇਨ ਆ ਕਿ ਹੋਪ ਤੱਕ ਮੈਂ ਜਾ ਸਕਦਾ ਹਾਂ, ਅਤੇ ਜੇ ਤੁਸੀਂ ਸਮਾਨ ਹੈਗਾ ਹੈ, ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਸੰਗਤ ਵੱਲੋਂ ਸਾਰਾ ਸਮਾਨ ਆਉਂਦਾ ਹੈ, ਜਦੋਂ ਮੈਂ ਕਹਿ ਰਿਹਾ ਗੁਰਦੁਆਰਾ ਸਾਹਿਬ ਦਾ ਡਰੌਪ ਸਟੇਸ਼ਨ ਹੈ ਕਿ ਸਾਰੀ ਸੰਗਤ ਦਾ ਦਸਵੰਧ ਉੱਥੇ ਆਉਂਦਾ ਹੈ। ਹਾਂ, ਸੰਗਤ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨੇ, ਨੌਜਵਾਨਾਂ ਨੇ ਕਾਸਕੋ ਤੋਂ ਹੋਰ ਥਾਂ ਤੋਂ ਫੰਡਸ ਦੇ ਨਾਲ ਸਮਾਨ ਲਿਆਂਦਾ, ਸੰਗਤ ਵੱਲੋਂ ਸਮਾਨ ਆ ਗਿਆ। ਉਸ ਦਿਨ ਤਕਰੀਬਨ 700 ਜਿਹੜੀਆਂ ਪੈਕਡ ਹੌਪ ਸੀਗੀਆਂ, ਕਿਉਂਕਿ ਉਦੋਂ ਸਾਰਾ ਕੁਛ ਸ਼ੁਰੂ ਹੋਇਆ ਸੀ, ਉਹ ਫਿਰ ਹੋਪ ਦੇ ਏਰੀਆ ਤੱਕ ਡਰੌਪ ਕਰਕੇ ਹੈ। ਅਤੇ ਉਸ ਤੋਂ ਅੱਗੇ ਉਹਦੇ ਵਿੱਚ ਜਿੱਦਾਂ ਤੁਸੀਂ ਹੁਣ 700-800 ਬੰਦੇ ਲਈ ਖਾਣਾ ਸੀ, ਪਰ ਨਾਲ ਜਿਹੜੀ ਸਪਲਾਈ ਸੀਗੀ 3-4 ਫਲਾਈਟਸ ਬੈਕ ਐਂਡ ਫੋਰਥ ਲੱਗੀਆਂ, ਇੰਨਾ ਸਮਾਨ ਆ ਗਿਆ ਸੀ ਉਸੇ ਦਿਨ ਦੇ ਵਿੱਚ। ਅਤੇ ਅੱਗੇ ਜਿਹੜੀ ਸੈਕਿੰਡ ਰਨ ਜਿਹੜਾ ਅਸੀਂ ਕੀਤਾ ਰਲ ਕੇ, ਉਹਦੇ ਵਿੱਚ ਨਿਊਏਚ ਅਤੇ ਨਿਕੋਮਿਨ ਜਿਹੜੇ ਫਰਸਟ ਨੇਸ਼ਨਸ ਕਮਿਊਨਿਟੀਜ਼ ਆ ਉਹਨਾਂ ਤੱਕ ਪਹੁੰਚਾਇਆ ਗਿਆ, ਉਹ ਲਿਟਨ ਅਤੇ ਮੇਰਠ ਦੇ ਵਿੱਚ ਆ। ਹਾਲੇ ਵੀ ਕਰਕੇ ਉੱਥੇ ਬ੍ਰਿਜਸ ਡਾਊਨ ਆ ਅਤੇ ਹੋਰ ਥਾਂ ਉੱਥੇ ਪਹੁੰਚਣਾ ਔਖਾ ਆ, ਅਤੇ ਉਹਨਾਂ ਨੂੰ ਲੋਡ ਕਾਫੀ ਆ। ਉਹਨਾਂ ਤੱਕ ਇੱਕ ਇੱਥੇ ਵੈਸਟ ਕੋਸਟ ਪਾਇਲਟਸ ਅਤੇ ਸ਼ਾਨ ਉਹਨੇ ਆਪਣਾ ਸਮਾਨ ਸਾਰਾ ਫ੍ਰੀ ਦੇ ਵਿੱਚ ਲੈ ਕੇ ਗਿਆ, ਅਤੇ ਉਹ ਕਹਿ ਰਹੇ ਸੀ ਕਿ ਤੁਸੀਂ ਸਮਾਨ ਸਾਡੇ ਤੱਕ ਲਾਇਓ, ਅਸੀਂ ਲੈ ਜੂੰਗੇ। ਸੋ ਉਹਨਾਂ ਨੇ ਬੜੀ ਉੱਥੇ ਹੈਲਪ ਕੀਤੀ ਉਹਨਾਂ ਤੱਕ ਸਮਾਨ ਪਹੁੰਚਾਉਣ ਲਈ। ਥਰਡ ਰਨ ਜਿਹੜਾ ਸੀਗਾ ਉਹ ਸੀਗਾ ਕਿ ਲਿਟਨ ਏਰੀਆ ਦੇ ਵਿੱਚ ਐਬਰੀਜਨਲ ਕਮਿਊਨਿਟੀ ਜਿਹੜੀ ਹੈ ਉਹਨਾਂ ਦੇ ਲਈ, ਉਹਦੇ ਵਿੱਚ ਐਕਚੁਅਲੀ ਇੱਥੇ ਇੱਕ ਸਟੀਵ ਫਰੋਜ਼ ਆ, ਉਹਦਾ ਪ੍ਰਾਈਵੇਟ ਹੈਲੀਕਾਪਟਰ ਆ, ਅਤੇ ਉਹਨਾਂ ਨਾਲ ਸੰਪਰਕ ਕਰਕੇ ਉਹ ਕਹਿੰਦਾ ਕਿ ਮੈਂ ਫ੍ਰੀ 'ਚ ਲੈ ਜਾਂਦਾ। ਸੋ ਦੇਰ ਸੋ ਮਚ ਕਿ ਬੈਕ ਐਂਡ ਫੋਰਥ ਕਮਿਊਨਿਟੀਜ਼ ਆਨ ਕਮਿੰਗ, ਗੋਰੇ ਕਮਿਊਨਿਟੀ ਹੈ ਜਾਂ ਆਪਣੀ ਭਾਈਚਾਰਾ ਆ, ਇੱਕ ਬਹੁਤ ਵਧੀਆ ਕਹਿ ਲਓ ਕਿ ਕੋਲਾਬੋਰੇਸ਼ਨ ਚੱਲ ਰਹੀ ਸੀ। ਅਤੇ ਅੱਜ ਜਿਹੜਾ ਆ ਫੋਰਥ ਜਿਹੜਾ ਆ ਡਰੌਪ ਜਾ ਰਿਹਾ ਹੈ, ਅਤੇ ਇਹ ਵੀ ਲਿਟਨ ਅਤੇ ਮੇਰਠ ਦੇ ਆਲੇ ਦੁਆਲੇ ਜਿਹੜਾ ਸਾਰਾ ਸਮਾਨ ਉੱਥੇ ਤੱਕ ਪਹੁੰਚਾਇਆ ਜਾਣਾ। ਅਤੇ ਇੱਕ ਇਹਦੇ ਵਿੱਚ ਹੋਰ ਵੀ ਗੱਲ ਹੈ ਕਿ ਜਿਹੜੀ ਕੈਮਲੂਪਸ ਅਤੇ ਹੋਰ ਕਮਿਊਨਿਟੀਜ਼ ਆ ਜਿੱਥੇ ਸਿੱਖ ਭਾਈਚਾਰਾ ਰਹਿ ਰਿਹਾ ਆ, ਉੱਥੇ ਕੈਮਲੂਪਸ ਸਿੱਖ ਬਾਈਕਰਸ ਕਲੱਬ ਆ, ਅਤੇ ਕੈਮਲੂਪਸ ਦੇ ਜਿਹੜੇ ਗੁਰਦੁਆਰਾ ਸਾਹਿਬ ਆ, ਉਹਨਾਂ ਨੇ ਮੇਰਠ ਤੱਕ ਅਸੀਂ ਉਹਨਾਂ ਨਾਲ ਸੰਪਰਕ ਕਈ ਗੁਰਦੁਆਰੇ ਸਾਹਿਬ ਨੇ ਕੀਤਾ ਹੋਣਾ, ਪਰ ਉਹ ਆਪ ਆਪਣੇ ਤੌਰ 'ਤੇ ਹੀ ਕਰ ਰਹੇ ਆ, ਪਰ ਉਹ ਮੇਰਠ ਤੱਕ ਸਮਾਨ ਲਿਆ ਰਹੇ ਆ। ਉੱਥੇ ਨਿਕਲਾ ਵੈਲੀ ਇੰਸਟੀਟਿਊਟ ਆਫ ਟੈਕਨੋਲੋਜੀ ਹੈ, ਇੱਕ ਛੋਟੀ ਜਿਹੀ ਉੱਥੇ ਕਾਲਜ ਹੈ, ਉਹ ਫਿਰ ਗਾਂ ਉੱਥੇ ਸਮਾਨ ਇਕੱਠਾ ਹੋ ਰਿਹਾ, ਅਤੇ ਉਹ ਗਾਂ ਡਿਸਪਰਸ ਹੋ ਰਿਹਾ ਐਬਰੀਜਨਲ ਕਮਿਊਨਿਟੀਜ਼ ਨੂੰ। ਸੋ ਇਹ ਸਾਰਾ ਕੁਛ ਚੱਲ ਰਿਹਾ, ਅਤੇ ਇੱਥੇ ਗੁਰਦੁਆਰਾ ਸਾਹਿਬ ਸੈਂਡ ਬੈਗਿੰਗ, ਇੱਥੇ ਹਾਈ ਸਕੂਲ ਬੱਚੇ ਆ ਰਹੇ ਆ ਸੈਂਡ ਬੈਗਸ ਤਿਆਰ ਕਰਕੇ ਉਹ ਐਬਸਪਰਟ ਨੂੰ ਜਾ ਰਹੇ ਆ। ਸੋ ਇਹ ਸਾਰਾ ਕੁਛ ਡੇ 1 ਤੋਂ ਚੱਲ ਰਿਹਾ ਹੈ, ਕੁਆਇਟਲੀ ਚੱਲ ਰਿਹਾ ਹੈ, ਅਤੇ ਬੜਾ ਇਹਦੇ ਵਿੱਚ ਜਿਹੜੇ ਵਾਲੰਟੀਅਰਸ ਅਤੇ ਸੇਵਾਦਾਰ ਆ ਸਾਰੇ ਆਪਣਾ ਯੋਗਦਾਨ ਪਾ ਰਹੇ ਆ। ਅਤੇ ਆਈ ਥਿੰਕ ਹੁਣ ਜਿੱਥੇ ਤੱਕ ਗੱਲ ਪਹੁੰਚੀ ਹੈ ਕਿ ਜਿਹੜੇ ਸਮਾਨ ਦੀ ਗੱਲ ਆ ਕਿ ਸ਼ਿਫਟ ਹੁੰਦਾ ਸਾਰਾ ਕੁਛ, ਕਿ ਕਦੀ ਕੋਈ ਚੀਜ਼ ਦੀ ਲੋੜ ਆ ਜਾਂਦੀ ਹੈ, ਕਦੀ ਕੋਈ ਚੀਜ਼ ਦੀ ਆ ਜਾਂਦੀ ਹੈ। ਇਨੀਸ਼ਲੀ ਇੱਕ ਬੜਾ ਵੱਡਾ ਇੱਕ ਗੱਲ ਸੀਗੀ ਕਿ ਜਿਹੜਾ ਦੁੱਧ ਆ
ਦੁੱਧ ਦੀ ਲੋੜ ਜਿਹੜੀ ਹੈ ਸਮਾਲਰ ਕਮਿਊਨਿਟੀਜ਼ ਨੂੰ ਬਹੁਤ ਲੋੜ ਪੈ ਗਈ ਸੀਗੀ, ਹਾਂਜੀ ਕਰਕੇ ਪ੍ਰੀਟੀ ਮੱਚ ਹਾਈਵੇਜ਼ ਬੰਦ ਹੋ ਬਿਲਕੁਲ ਗਏ, ਸੋ ਡੇਅਰੀ ਜਿਹੜਾ ਕੈਬਸ ਵਗੈਰਾ ਜੋ ਕੁਛ ਹੋਇਆ ਉਹਦੇ ਨਾਲ ਡੇਅਰੀ ਨੂੰ ਕਾਫੀ ਇਫੈਕਟ ਪਿਆ। ਸੋ ਉੱਥੋਂ ਗੱਲ ਸ਼ੁਰੂ ਹੋਈ। ਹੁਣ ਜਿਹੜੀ ਪ੍ਰਾਇਮਰੀ ਚੀਜ਼ਾਂ ਜਿਹੜੀਆਂ ਖਾਲੇ ਵੀ ਡਰਾਈ ਫੂਡ, ਕੈਨਡ ਫੂਡ, ਹਾਈਜੀਨ ਪ੍ਰੋਡਕਟਸ, ਫੈਮਿਲਿਨ ਹਾਈਜੀਨ ਪ੍ਰੋਡਕਟਸ, ਬਲੈਂਕਟਸ, ਜਰਾਬਾਂ, ਰਜਾਈਆਂ ਪਰ ਨਵੀਆਂ, ਕੱਪੜੇ ਵੀ ਕਰਕੇ ਹੁਣ ਜਿਹੜੇ ਇਹਨਾਂ ਦੇ ਘਰ ਅਸੀਂ ਦੇਖੇ ਆ ਪ੍ਰੀਟੀ ਮੱਚ ਤਬਾਹ ਹੋ ਗਏ ਆ। ਉਹਨਾਂ ਲਈ ਤਾਂ ਹੁਣ ਕੁਛ ਵੀ ਨਹੀਂ ਬਚਿਆ ਉਹਦੇ ਵਿੱਚ ਤਾਂ, ਬਿਲਕੁਲ। ਅਤੇ ਉਹਨਾਂ ਦੇ ਲਈ ਜਿਹੜੇ ਕੱਪੜੇ ਆ, ਵਿੰਟਰ ਕਲੋਥਿੰਗ ਆ, ਜੈਕਟਸ ਆ, ਇਹਨਾਂ ਦੀ ਚੀਜ਼ਾਂ ਜਿਹੜੀਆਂ ਸਮਾਨ ਆ ਉਹਦੇ ਲੋੜ ਆ। ਅਤੇ ਹੋ ਸਕਦਾ ਸਭ ਤੋਂ ਜ਼ਿਆਦਾ ਲੋੜ ਰਾਈਟ ਨਾਉ ਕਈ ਗੱਲਾਂ ਦੀ ਸਮਾਲਰ ਕਮਿਊਨਿਟੀਜ਼, ਐਬਰੀਜਨਲ ਕਮਿਊਨਿਟੀਜ਼ ਨੂੰ, ਬੇਬੀ ਫੂਡ, ਡਾਇਪਰਸ, ਬਿਲਕੁਲ। ਇਹੋ ਜਿਹਾ ਸਮਾਨ ਜਿਹੜਾ ਜਿਹੜਾ ਬਿਲਕੁਲ ਹਾਈਜੀਨ ਦੇ ਕਰਕੇ ਬੱਚਿਆਂ ਦੇ ਕਰਕੇ ਛੇਤੀ ਇਨਫੈਕਸ਼ਨਸ ਹੋ ਜਾਂਦੇ ਆ ਜਾਂ ਖਾਣ ਲਈ ਉਹਨਾਂ ਲਈ, ਉਹਦਾ ਜ਼ਿਆਦਾ ਜ਼ੋਰ ਲੱਗਿਆ ਕਿ ਉਹ ਇਕੱਠਾ ਕਰੀਏ। ਐਵਰੀ ਡੇ ਗੁਰਦੁਆਰਾ ਸਾਹਿਬ ਦੇ ਵਿੱਚ ਡਰੋਪਸ ਹੋ ਰਹੇ ਆ, ਸੰਗਤ ਸਮਾਨ ਲਿਆ ਰਹੇ ਆ, ਅਸੀਂ ਉੱਥੇ ਚੰਨ ਰਹੇ ਹਾਂ, ਐਵਰੀ ਨਾਈਟ ਉਹ ਸਮਾਨ ਮੂਵ ਹੋ ਰਿਹਾ ਹੈ। ਅਤੇ ਹਰੇਕ ਤੀਜੇ ਚੌਥੇ ਦਿਨ ਕਿਤੇ ਨਾ ਕਿਤੇ ਕੋਈ ਫਲਾਈਟ ਜਾਂ ਹੈਲੀਕਾਪਟਰ ਜਾ ਰਿਹਾ ਹੈ ਕਿਤੇ ਸਮਾਨ ਡਰੋਪ ਕਰਨ ਲਈ। ਪਰ ਜਿੱਦਾਂ ਆਪਾਂ ਗੱਲ ਸ਼ੁਰੂ ਕੀਤੀ ਸੀਗੀ, ਇਹ ਹੋ ਸਕਦਾ ਹਾਲੇ ਕੁਛ ਹਫ਼ਤੇ ਹੋਰ ਇੱਦਾਂ ਲੰਘਣ, ਅਤੇ ਇਹਦੇ ਵਿੱਚ ਜਿੰਨੀ ਸਪੋਰਟ ਸੰਗਤ ਕਰ ਸਕਦੀ ਹੈ, ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਸੇਵਾ ਜਾ ਰਹੀ ਹੈ, ਤਾਂ ਅਸੀਂ ਇਹ ਵੀ ਕਹੂੰਗੇ ਕਿ ਤੁਸੀਂ ਜਾ ਕੇ ਪੁੱਛੋ। ਬਿਲਕੁਲ। ਇੱਕ ਮਨਿੰਦਰ, ਆਪਣੇ ਲੈਵਲ ਦੇ ਉੱਤੇ ਤਾਂ ਸਾਰੇ ਸਮਾਨ, ਮਤਲਬ ਜਿਹਨੂੰ ਜੋ ਲੱਗਦਾ ਉਹ ਪਹੁੰਚਾ ਹੀ ਰਹੇ ਨੇ, ਕੋਈ ਇੱਦਾਂ ਦਾ ਰਿਵਿਊ ਕੀਤਾ ਜਾ ਰਿਹਾ ਵੀ ਹੁਣ ਉਹਨਾਂ ਤੱਕ ਲੋੜਾਂ ਉਹਨਾਂ ਦੀਆਂ ਪੁੱਛ ਕੇ ਜਿਹੜੀਆਂ ਨੇ ਉਹ ਸਮਾਨ ਸਾਰਾ ਭੇਜਿਆ ਜਾਏ? ਕਿਉਂਕਿ ਹੁਣ ਤੱਕ ਇਹ ਹੋ ਰਿਹਾ ਸੀਗਾ ਵੀ ਜੋ ਇੱਥੋਂ ਜਿਵੇਂ ਭੋਜਨ ਪਹੁੰਚਾਇਆ ਜਾ ਰਿਹਾ, ਲੰਗਰ ਜੇ ਇੱਥੋਂ ਜਾ ਰਿਹਾ ਤਾਂ ਉਹ ਜਿਹਦਾ ਆਪਣੇ ਤੌਰ ਦੇ ਉੱਤੇ ਦਿਲ ਕਰ ਰਿਹਾ ਉਹ ਚੀਜ਼ਾਂ ਪਹੁੰਚਾਈਆਂ ਜਾ ਰਹੀਆਂ ਨੇ, ਜਿਹਦੇ 'ਚ ਕਈ ਚੀਜ਼ਾਂ ਇਹੋ ਜਿਹੀਆਂ ਸੀ ਜਿਨ੍ਹਾਂ ਦੀ ਲੋੜ ਮਹਿਸੂਸ ਨਹੀਂ ਹੋ ਰਹੀ, ਬੜੋ ਬਲਕ ਵਿੱਚ ਉੱਥੇ ਪਹੁੰਚ ਰਹੀਆਂ ਨੇ। ਸੋ ਅਜਿਹੇ ਦੇ ਵਿੱਚ ਤੁਸੀਂ ਰਿਵਿਊ ਕਰ ਰਹੇ ਹੋ ਇਹਨਾਂ ਚੀਜ਼ਾਂ ਦਾ ਵੀ ਕਿਹੜੀ ਖਾਸ ਤੌਰ 'ਤੇ ਲੋੜ ਹੈ ਔਰ ਜਿਹੜੀ ਉਹਨਾਂ ਵੱਲੋਂ ਸਪੈਸ਼ਲ ਮੰਗ ਕੀਤੀ ਜਾ ਰਹੀ ਵੀ ਇਹ ਪਹੁੰਚਾਓ। ਇੱਕ ਚੀਜ਼ ਹੋਰ ਸੀਗੀ ਕਿ ਇਹਦੇ ਵਿੱਚ ਆਇਆ ਸੀ ਕਿ ਪੁਰਾਣੇ ਕੱਪੜੇ ਜਿਹੜੇ ਕੁਛ ਲੋਕ ਦੇ ਰਹੇ ਸੀਗੇ, ਸੋ ਵੀ ਤਾਕੀਦ ਕੀਤੀ ਗਈ ਸੀਗੀ ਵੀ ਐਟਲੀਸਟ ਪੁਰਾਣੇ ਕੱਪੜੇ ਨਾ ਦਵੋ, ਨਵੇਂ ਬਾਏ ਕਰਕੇ ਜਿਹੜੇ ਹੈ ਜੇ ਕਿਸੇ ਲਈ ਵੀ ਪਹੁੰਚਾਉਣੇ ਆ ਤਾਂ ਉਹ ਕੱਪੜੇ ਦੇ ਦਿੱਤੇ ਜਾਣ, ਨਵਾਂ ਸਮਾਨ ਜਿਹੜਾ ਉਹ ਲਿਆ ਕੇ ਉਹਨਾਂ ਨੂੰ ਦਿੱਤਾ ਜਾਏ। ਯਾ ਜਿਹੜੀ ਰਿਵਿਊ ਤਾਂ ਆਈ ਥਿੰਕ ਪਹਿਲੇ ਦਿਨ ਤੋਂ ਹੀ ਕਰਨੀ ਪਈ, ਕਰਕੇ ਉਦੋਂ ਲੱਗ ਰਿਹਾ ਸੀਗਾ ਕਿ ਜਿਹੜੀ ਹੌਟ ਮੀਲਸ ਆ ਅਤੇ ਲੰਗਰ ਆ ਉਹ ਉਹ ਲਾਈਕ ਐਜ਼ ਇਨ ਲਾਈਕ ਉਹਦੀ ਲੋਡ ਆ, ਪਰ ਉਹ ਬਹੁਤ ਛੇਤੀ ਲੋਡ ਫਿਨਿਸ਼ ਹੋ ਗਈ ਜੀ, ਕਿਉਂਕਿ ਉੱਥੇ ਲੋਕਲ ਏਰੀਆਜ਼ ਦੇ ਵਿੱਚ ਹੀ ਸਾਰਾ ਕੁਝ ਸੈਟਅਪ ਹੋਣਾ ਪਿਆ ਕਿ ਜਿਹੜੀ ਮੀਲ ਪ੍ਰੋਵੀਜ਼ਨ ਆ ਉੱਥੇ ਹੋਪ, ਮੈਰਿਟ ਉੱਧਰ ਹੌਲੀ ਹੌਲੀ ਸ਼ੁਰੂ ਹੋ ਗਿਆ। ਸੋ ਲੰਗਰ ਦਾ ਪ੍ਰਬੰਧ ਤਾਂ ਪਹਿਲੇ ਇੱਕ ਦੋ ਦਿਨਾਂ ਤੋਂ ਬਾਅਦ ਆਈ ਥਿੰਕ ਸਟਾਪ ਵੀ ਹੋ ਗਿਆ ਜੀ। ਅਤੇ ਆਈ ਥਿੰਕ ਗੁਰਦੁਆਰਾ ਸਾਹਿਬ ਦੂਖਨਿਵਾਰ ਨੇ 3,000 ਮੀਲਜ਼ ਆਲਮੋਸਟ ਤਿਆਰ ਕੀਤੀਆਂ ਸੀ ਜੀ, ਅਤੇ ਕਈ ਗੁਰਦੁਆਰੇ ਨੇ ਸਾਰਾ ਕੁਛ ਕੀਤਾ ਸੀ। ਸੋ ਹੌਲੀ ਹੌਲੀ ਉਹ ਲੋੜ ਪੂਰੀ ਹੁੰਦੀ ਹੋਈ ਹੁਣ ਅਸੀਂ ਪੁੱਛ ਰਹੇ ਹਾਂ ਕਿ ਤੁਹਾਨੂੰ ਕਿਹੜੀ ਚੀਜ਼ ਦੀ ਲੋੜ ਹੈ, ਅਤੇ ਉਹ ਜਿਹੜੀ ਜਿੱਦਾਂ ਜਿੱਦਾਂ ਉਹ ਲੋੜਾਂ ਆ ਰਹੀਆਂ ਸਾਡੇ ਕੋਲ, ਅਸੀਂ ਉਹ ਚੀਜ਼ਾਂ ਜਿਹੜੀਆਂ ਆ ਸੰਗਤ ਤੱਕ ਪਹੁੰਚਾ ਰਹੇ ਹਾਂ ਕਿ ਜੇ ਤੁਸੀਂ ਕੁਛ ਲਿਆਉਣਾ ਹੈ ਤਾਂ ਇਹ ਸਮਾਨ ਜਿਹੜੀ ਹੁਣ ਲੋੜ ਪਈ ਹੈ। ਬਿਲਕੁਲ। ਉਹਨਾਂ ਦੀ ਕਾਲਰ ਦੀ ਕਾਲ ਵੀ ਅਟੈਂਡ ਕਰਦੇ ਹਾਂ ਨਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਹਾਂਜੀ, ਮੈਂ ਤੁਹਾਡਾ ਸੁਣਦਾ ਬਹੁਤ ਵਧੀਆ ਹੋਇਆ, ਜਿੱਦਾਂ ਤੁਸੀਂ ਆਹ ਗੱਲ ਕੀਤੀ ਸੀ ਨਾ ਵੀ ਆਪਣੇ ਅਮਰਿੰਦਰ ਸਿੰਘ ਨਾਲ ਵੀ ਜੀ, ਵੀ ਜਿਵੇਂ ਸਾਰੇ ਆਪੋ ਆਪਣੇ ਵੱਖਰੇ ਵੱਖਰੇ ਲੱਗੇ ਹੋਏ ਹੈਗੇ ਆ, ਹਾਂਜੀ ਹਾਂਜੀ, ਵੀ ਇੱਕ ਬੈਨਰ ਥੱਲੇ ਜਿੱਦਾਂ ਜੀ ਕਰਨ ਤਾਂ ਉਹ ਜ਼ਿਆਦਾ ਵਧੀਆ ਹੈਗਾ ਆ, ਹਨਾ ਜੀ ਜੀ। ਤੇ ਮੈਂ ਉਹ ਜਿੱਦਾਂ ਮੇਰਾ ਇਹ ਮੈਂ ਕਹਿੰਦਾ ਵੀ ਦੇਖੋ ਆਪਣੀ ਖਾਲਸਾ ਏਡ ਜਿਹੜੀ ਹੈਗੀ ਆ ਬਹੁਤ ਵੱਡੀ ਸੰਸਥਾ ਬਣੀ ਆ ਜੀ, ਇਹਨਾਂ ਸਾਰਿਆਂ ਨੂੰ ਚਾਹੀਦਾ ਆ ਖਾਲਸਾ ਏਡ ਦੇ ਬੈਨਰ ਥੱਲੇ ਇਹਨਾਂ ਨੂੰ ਸਾਰਿਆਂ ਨੂੰ ਉਹਦੇ ਤੇ ਉਹਦੇ ਨਾਲੇ ਇੱਕ ਥਾਂ ਇੱਥੇ ਇੱਕ ਜਿਹੜੀ ਸੰਸਥਾ ਉਹਦੇ ਨਾਂ ਤੇ ਬਣਾਉਣ, ਜਿਹੜੇ ਸਾਰੇ ਇਕੱਠੇ ਹੋ ਕੇ ਤੇ ਉੱਥੇ ਸਾਰਾ ਜੋ ਵੀ ਜਾਂਦਾ ਉੱਥੇ ਜਾਵੇ, ਹੁਣ ਰੇਡੀਓ ਵਾਲੇ ਜਾਂ ਗੁਰਦੁਆਰਿਆਂ ਵਾਲੇ ਜਾਂ ਵੱਖਰੇ ਵੱਖਰੇ ਸਾਰੇ ਆਪੋ ਆਪਣਾ ਕਰਦੇ ਹੈਗਾ ਤਾਂ ਚੰਗੀ ਗੱਲ ਆ, ਹਾਂਜੀ। ਤੇ ਪਰ ਜੇ ਇੱਕ ਥੈ ਮੇਰੇ ਹਿਸਾਬ ਨਾਲ ਖਾਲਸਾ ਏਡ ਜਿਹੜੀ ਮੇਰਾ ਮਨ ਕਹਿੰਦਾ, ਬਾਕੀ ਤਾਂ ਚਲੋ ਮੈਂ ਕੋਈ ਤਾਂ ਜੀ 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 ਕੰਪੈਲ ਨਹੀਂ ਕਰ ਸਕਦਾ, ਹਾਂਜੀ ਹਾਂਜੀ ਬਿਲਕੁਲ, ਤੇ ਵੀ ਖਾਲਸਾ ਏਡ ਦੀ ਕਿਤੇ ਨਾਂ ਤੇ ਇਹਨਾਂ ਨੂੰ ਚਾਹੀਦਾ, ਮੇਰੀ ਬੇਨਤੀ ਆ। ਮੈਂ ਅੱਗੇ ਵੀ ਮਨਿੰਦਰ ਸਿੰਘ ਨਾਲ ਕਈ ਵਾਰ ਗੱਲ ਕਰਨੀ ਚਾਹੁੰਦਾ ਸੀ ਪਰ ਅੱਜ ਕੁਦਰਤੀ ਆ ਗਿਆ ਇਹ ਜੀ, ਤੇ ਕਿਉਂਕਿ ਉਹ ਆਪਣੀ ਸਾਰੀ ਵਰਲਡ ਦੇ ਵਿੱਚ ਹੈਗੀ ਆ। ਬਿਲਕੁਲ ਬਿਲਕੁਲ। ਜੀ ਬਿਲਕੁਲ, ਨੋ ਪ੍ਰੋਬਲਮ, ਅਸੀਂ ਤੁਹਾਡੇ ਸਵਾਲ ਦੇ ਉੱਤੇ ਗੱਲ ਕਰਦੇ ਹਾਂ ਜੀ ਜੀ। ਥੈਂਕ ਯੂ ਜੀ। ਮਨਿੰਦਰ, ਜਿਸ ਤਰੀਕੇ ਨਾਲ ਇਹ ਕਾਲਰਸ ਨੇ ਉਹਨਾਂ ਨੇ ਆਪਣੀ ਇੱਕ ਨਿੱਜੀ ਰਾਏ ਦੱਸੀ ਵੀ ਮੈਨੂੰ ਇੱਦਾਂ ਲੱਗਦਾ ਇੱਦਾਂ ਹੋ ਸਕਦਾ ਹੈਗਾ, ਜਿਵੇਂ ਕਿ ਅਸੀਂ ਗੱਲ ਕਰ ਹੀ ਰਹੇ ਹਾਂ ਵੀ ਕੁਛ ਲੋਕ ਇੱਦਾਂ ਇੱਦਾਂ ਸੋਚਦੇ ਆ, ਸੋ ਇਹ ਉਹੀ ਸਵਾਲ ਸੀਗਾ ਜਿਹੜਾ ਕਈ ਲੋਕਾਂ ਦੇ ਜ਼ਿਹਨ ਦੇ ਵਿੱਚ ਆਉਂਦਾ। ਸੋ ਤੁਸੀਂ ਇਹਨਾਂ ਦੀ ਗੱਲ ਦੇ ਨਾਲ ਸਹਿਮਤ ਹੋ ਜਾਂ ਕੁਛ ਇੱਦਾਂ ਦਾ ਕੋਈ ਹੋਰ ਹੱਲ? ਉਹੀ ਗੱਲ ਆਪਾਂ ਪਹਿਲਾਂ ਕਰ ਰਹੇ ਸੀਗੇ ਕਿ ਇੱਕ ਪਲੇਟਫਾਰਮ ਦੀ ਲੋੜ ਹੈ, ਖਾਲਸਾ ਏਡ ਜਿਹੜੇ ਰਵੀ ਸਿੰਘ ਹੋਣੀ ਆ ਲਾਈਕ ਐਜ਼ ਇਨ ਬਹੁਤ ਜਾਣ ਪਛਾਣ, ਲਾਈਕ ਐਜ਼ ਇਨ ਲਾਈਕ ਉਹਨਾਂ ਨਾਲ ਕੰਮ ਵੀ ਕਰਨ ਦਾ ਮੌਕਾ ਮਿਲਿਆ ਕਈ ਥਾਂ 'ਤੇ, ਅਤੇ ਬਹੁਤ ਵਧੀਆ ਸੰਸਥਾ ਹੈ ਜਿਹੜੀ ਉਹ ਇੰਟਰਨੈਸ਼ਨਲੀ ਵੀ ਕੰਮ ਕਰ ਰਹੀ ਹੈ।
ਇੱਥੇ ਲੋਕਲ ਬੀਸੀ ਦੇ ਵਿੱਚ ਹੋ ਸਕਦਾ ਸਭ ਤੋਂ ਜ਼ਿਆਦਾ ਜਿਹੜਾ ਇਸ ਬ੍ਰੈਕਟ ਦੇ ਵਿੱਚ ਜਿਹੜਾ ਕੰਮ ਹੋ ਰਿਹਾ ਹੈ ਉਹ ਜਿਹੜੇ ਸੇਵਾਦਾਰ ਗੁਰੂ ਨਾਨਕ ਫ੍ਰੀ ਕਿਚਨ ਦੇ ਹੈ ਜਿਨ੍ਹਾਂ ਨੇ ਹੁਣ ਇੱਕ ਆਫਿਸ ਵੀ ਖੋਲ੍ਹਿਆ ਡਾਊਨ ਟਾਊਨ ਦੇ ਵਿੱਚ ਕਿ ਇਹ ਸੇਵਾ ਪ੍ਰੋਵੀਜ਼ਨ ਲਈ, ਹੋ ਸਕਦਾ ਉਹਨਾਂ ਦਾ ਜਿਹੜਾ ਕੰਮ ਕਰ ਰਹੇ ਆ ਅਤੇ ਜਿੰਨਾ ਉਹਨਾਂ ਨੇ ਆਪਣਾ ਨਾਂ ਬਣਾਇਆ ਅਤੇ ਜਿੰਨਾ ਉਹਨਾਂ ਦੀ ਇੱਕ ਕੁਆਲਿਟੀ ਆਫ ਸਰਵਿਸ ਵੀ ਹੈ ਉਹ ਮੇ ਬੀ ਕਿਸੇ ਤੋਂ ਵੀ ਨਹੀਂ ਹੈਗੀ। ਅਤੇ ਜਿੰਨੇ ਵੀ ਗੁਰਦੁਆਰੇ ਸਾਹਿਬ ਦੇ ਵਿੱਚ ਵੀ ਹੈ, ਆਪਾਂ ਉਹ ਗੁਰਦੁਆਰਾ ਸਾਹਿਬ ਦੂਖ ਨਿਵਾਰਨੇ ਆ ਜਾਂ ਦਸ਼ਮੇਸ਼ ਦਰਬਾਰ ਹੈ ਜਾਂ ਹੋਰ ਕਿਤੇ ਵੀ, ਉਹ ਸਾਰੇ ਥਾਂ ਆਣ ਕੇ ਇਹੋ ਜਿਹੇ ਪ੍ਰੋਗਰਾਮਸ ਉਲੀਕਦੇ ਰਹਿੰਦੇ ਆ। ਸੋ ਭਾਵੇਂ ਉਹ ਖਾਲਸਾ ਏਡ ਹੋਵੇ, ਭਾਵੇਂ ਉਹ ਜਦੋਂ ਗੁਰੂ ਨਾਨਕ ਫ੍ਰੀ ਕਿਚਨ ਹੋਵੇ, ਕਿਤੇ ਨਾ ਕਿਤੇ ਭਾਈ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ ਕਿ ਇੱਕ ਇੱਕ ਪਲੇਟਫਾਰਮ ਜਿਹੜਾ ਆ ਉਹ ਇਕੱਠਿਆਂ ਦੇ ਸਾਂਝਾ ਬਣ ਜਾਵੇ ਅਤੇ ਉਹਦੇ ਵਿੱਚ ਸਾਰੀਆਂ ਸੰਸਥਾਵਾਂ ਆ ਜਾਣ ਅਤੇ ਹੋ ਸਕਦਾ ਖਾਲਸਾ ਏਡ ਜਾਂ ਗੁਰੂ ਨਾਨਕ ਫ੍ਰੀ ਕਿਚਨ ਉਹਨੂੰ ਲੀਡ ਕਰਨ, ਸਾਰੇ ਉਹਦੇ ਵਿੱਚ ਰਲ ਜਾਣ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਭੈਣ ਜੀ, ਹਾਂਜੀ ਸਰ, ਕੀ ਕਹਿਣਾ ਚਾਹੁੰਦੇ ਹੋ ਜੀ? ਭਾਈ ਨਰਿੰਦਰ ਸਿੰਘ ਜੀ, ਉਹਨਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਤੁਸੀਂ ਭੈਣ ਜੀ ਕੁਐਸਚਨ ਬਹੁਤ ਵਧੀਆ ਕੀਤਾ ਔਰ ਕਹਿ ਸਕਦਾ ਵੀ ਮੇਰੇ ਦਿਲ ਦੀ ਗੱਲ ਕਰਤੀ ਕਿ ਜੇ ਅਲੱਗ ਅਲੱਗ ਦੀ ਜਗ੍ਹਾ ਇੱਕ ਜਗ੍ਹਾ ਹੋ ਜੇ। ਹਾਂਜੀ, ਔਰ ਪਹਿਲੇ ਭਾਈ ਸਾਹਿਬ ਵੀ ਵਧੀਆ ਗੱਲ ਕਹਿ ਕੇ ਗਏ ਆ ਕਿ ਖਾਲਸਾ ਏਡ, ਪਰ ਮੈਂ ਛੋਟਾ ਮੂੰਹ ਵੱਡੀ ਗੱਲ ਕਹਿੰਦਾ ਵੀ ਜਦੋਂ ਅਜਿਹਾ ਕੋਈ ਪ੍ਰੋਗਰਾਮ ਹੁੰਦਾ ਜਾਂ ਕੋਈ ਇਹੋ ਜਿਹੀ ਆਫਤ ਆਉਂਦੀ ਆ ਹਾਂਜੀ ਜਿੱਥੇ ਬਹੁਤ ਜ਼ਿਆਦਾ ਸੇਵਾਦਾਰ ਆਉਂਦੇ ਆ ਉੱਥੇ ਬਹੁਤ ਲੋਕ ਕਮਾਈ ਕਰਨ ਵਾਲੇ ਵੀ ਇਕੱਠੇ ਹੋ ਜਾਂਦੇ ਆ ਜੀ, ਔਰ ਉਹ ਜ਼ਰੂਰੀ ਨਹੀਂ ਕਿ ਉਹ ਆਮ ਬੰਦਿਆਂ 'ਚ ਹੋਣ, ਉਹ ਕਈ ਵਾਰੀ ਧਾਰਮਿਕ ਸੰਸਥਾਵਾਂ ਵਿੱਚ ਵੀ ਹੁੰਦੇ ਆ ਜੀ। ਇਸ ਲਈ ਇਹ ਇਹ ਜਿੰਨਾ ਚਿਰ ਹੋਮੇ ਤੇ ਚੌਂਤਰਪੁਣਾ ਨਹੀਂ ਜਾਂਦਾ ਉਹਨਾਂ ਚਿਰ ਹੀ ਇਹ ਸਭ ਕੁਛ ਚੱਲੀ ਜਾਣਾ, ਨਹੀਂ ਤਾਂ ਗੁਰਦੁਆਰੇ ਕਿਉਂ ਅਲੱਗ ਅਲੱਗ ਬਣਦੇ ਜੀ। ਇਹ ਨਾਲ ਇੱਕ ਬਹੁਤ ਵਧੀਆ ਕੁਐਸਚਨ ਹੈ ਤੁਹਾਡਾ ਔਰ ਸੋਚਣ ਦੀ ਲੋੜ ਅੱਜ ਦੇ ਸਮੇਂ 'ਚ। ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਸਰ, ਥੈਂਕ ਯੂ ਸੋ ਮਚ ਜੀ। ਮਨਿੰਦਰ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ। ਅਸੀਂ ਵੀ ਜਿੱਦਾਂ ਇੱਥੇ ਦੇ ਜੰਮ ਪਲੇ ਹਾਂ, ਲਾਈਕ ਅਸੀਂ ਵੀ ਇਹੀ ਗੱਲ ਦੇਖਦੇ ਹਾਂ ਕਿ ਜਿੱਦਾਂ ਜਿੱਦਾਂ ਅਸੀਂ ਇੱਥੇ ਵੱਡੇ ਹੋਏ ਹਾਂ ਇਸ ਕਮਿਊਨਿਟੀ ਦੇ ਵਿੱਚ, ਪੰਜਾਬ ਦਾ ਸਾਨੂੰ ਘੱਟ ਪਤਾ ਹੈ, ਇੱਥੇ ਦਾ ਜ਼ਿਆਦਾ ਪਤਾ ਹੈ। ਅਤੇ ਇੱਥੇ ਵੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਵੰਡੀਆਂ ਆ ਕਿ ਇੱਥੇ ਆਫਟਨ ਗੱਲ ਇਹ ਹੁੰਦੀ ਹੈ ਕਿ ਪਿੱਛੇ ਜਿਹੜੀਆਂ ਪ੍ਰੋਬਲਮਸ ਚੱਲਦੀਆਂ ਉਹ ਲਾਈਕ ਐਜ਼ ਐਨ ਅਸੀਂ ਇੱਥੇ ਦੇਖੇ, ਇੱਥੇ ਵੀ ਸੇਮ ਹੀ ਸਿਚੁਏਸ਼ਨ ਹੈ, ਭਾਵੇਂ ਉਹ ਗੁਰਦੁਆਰੇ ਦੇ ਵਿੱਚ ਅਸੀਂ ਵੰਡੇ ਹੋਏ ਹਾਂ, ਸੰਸਥਾਵਾਂ ਦੇ ਵਿੱਚ ਵੰਡੇ ਹੋਏ ਹਾਂ, ਪਰ ਉਹੀ ਗੱਲ ਜਿਹੜੀ ਆਪਾਂ ਪਹਿਲੋਂ ਕੀਤੀ ਭਾਈ ਸਾਹਿਬ ਨੇ ਹੁਣ ਕੀਤੀ ਹੈ, ਜਿਹੜਾ ਹੰਕਾਰ ਤੇ ਚੌਧਰਪਣਾ ਆ, ਭਾਵੇਂ ਗੁਰਦੁਆਰੇ ਆ ਕਿਤੇ ਵੀ ਆ, ਅਸੀਂ ਸਾਰੇ ਵਿੱਚ ਉਹਦੇ ਹਾਂ, ਉਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਜੜ ਜਿਹੜੀ ਬੜੀ ਡੂੰਘੀ ਆ, ਉਹ ਤੱਕ ਫੜਨੀ ਪੈਣੀ ਆ। ਬਿਲਕੁਲ, ਨਹੀਂ ਤਾਂ ਇਦਾਂ ਜਿੱਦਾਂ ਚੱਲ ਰਹੇ ਆ ਇਹਦਾ ਕੋਈ ਕੋਈ ਹੱਲ ਨਹੀਂ ਹੈਗਾ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ ਤੁਹਾਡੇ ਤੱਕ? ਹਾਂਜੀ ਹਾਂਜੀ, ਦਿਲਜੀਤ ਜੀ ਕੀ ਕਹਿਣਾ ਚਾਹੁੰਦੇ ਹੋ ਜੀ? ਅਚਨਚੇਤ ਆਈ ਆ ਇਸ ਵੇਲੇ, ਜਿਵੇਂ ਜਿੰਨੇ ਵੱਧ ਤੋਂ ਵੱਧ ਆਪਾਂ ਕੋਲੈਬੋਰੇਟ ਕਰ ਸਕਦੇ ਹਾਂ ਇੱਕ ਦੂਜੇ ਨਾਲ, ਉਹ ਬਹੁਤ ਜ਼ਰੂਰਤ ਆ, ਕਿਉਂਕਿ ਇਸ ਵੇਲੇ ਜਿਹੜੀ ਇਹ ਜਿਹੜੀ ਸਮੱਸਿਆ ਗੀ ਇਹ ਇੱਕ ਦੋ ਹਫ਼ਤਿਆਂ ਦੀ ਨੀ ਗੀ, ਬਿਲਕੁਲ ਬਿਲਕੁਲ, ਜਿਹੜੇ ਉੱਥੋਂ ਦੇ ਹਾਲਾਤ ਨੇ ਅਸੀਂ ਆਪ ਅੰਦਰ ਜਾ ਕੇ ਦੇਖ ਕੇ ਆਏ ਹਾਂ ਸੇਵਾ ਕਰਦੇ ਹੋਏ ਜੀ। ਤੇ ਇਸ ਵੇਲੇ ਜਿਹੜੀ ਡੋਨੇਸ਼ਨ ਨੇ ਜਿਹੜੀਆਂ ਨੇ ਉਹ ਜਿੱਥੇ ਮਰਜ਼ੀ ਆ ਕੇ ਡੋਨੇਟ ਕਰੋ, ਗੁਰਦੁਆਰਾ ਸਾਹਿਬ ਦੇ ਕਰੋ, ਜੇ ਤੁਸੀਂ ਨਹੀਂ ਪਹੁੰਚਾ ਸਕਦੇ ਤਾਂ ਜਿਵੇਂ ਅਸੀਂ ਰਲ ਕੇ ਚੱਲ ਰਹੇ ਹਾਂ, ਅਸੀਂ ਕਿਰਪਾ ਕਲੈਕਟਿਵ ਐਵਸਪੋਰਟ ਤੋਂ ਹੈ, ਇੱਕ ਸੰਸਾਰ, 13-13, ਦਸ਼ਮੇਸ਼ ਦਰਬਾਰ, ਗੁਰੂ ਨਾਨਕ ਫ੍ਰੀ ਕਿਚਨ, ਜਿਹਨੂੰ ਵੀ ਤੁਸੀਂ ਫੋਨ ਕਰਕੇ ਕਹਿ ਸਕਦੇ ਹੋ ਵੀ ਸਾਡੇ ਕੋਲ ਪਹੁੰਚਣੀ, ਅਸੀਂ ਡੋਨੇਸ਼ਨ ਪਹੁੰਚਾ ਨਹੀਂ ਸਕਦੇ, ਅਸੀਂ ਆਪੇ ਆ ਕੇ ਉੱਥੇ ਪਹੁੰਚਾਂਗੇ, ਪਰ ਰਾਈਟ ਨਾਓ ਜਿਹੜਾ ਸਿਚੁਏਸ਼ਨ ਹੈ ਇਸ ਕੋਲੈਬੋਰੇਸ਼ਨ ਵਿਦ ਐਵਰੀਵਨ, ਜੋ ਵੀ ਕਰ ਸਕਦਾ, ਜੋ ਵੀ ਇਕੱਠੇ ਹੋ ਸਕਦੇ ਆ ਇਕੱਠੇ ਹੋ ਕੇ ਹੱਲਾ ਮਾਰੀਏ, ਕਿਉਂਕਿ ਬਹੁਤ ਜ਼ਰੂਰਤ ਹੈ ਇਸ ਵੇਲੇ। ਮੇਰੇ ਹਿਸਾਬ ਨਾਲ 2 ਤੋਂ 4 ਮਹੀਨੇ ਤੱਕ ਸਮੱਸਿਆ ਹੋਣੀ ਆ ਐਵਸਪੋਰਟ ਦੇ ਵਿੱਚ, ਅਸੀਂ ਜਦੋਂ ਗਏ ਆ ਉੱਥੇ ਵਿੱਚ ਫਲੱਡ ਪੈਂਟ ਦੇ ਵਿੱਚ, ਉੱਥੇ ਜਾਨਵਰ ਮਰੇ ਪਏ ਨੇ ਵਿੱਚ ਪਾਣੀ ਦੇ ਵਿੱਚ, ਉੱਥੇ ਸਮੈਲ ਆਈ ਜਾਂਦੀ ਹੈ, ਇਟਸ ਅ ਲੌਂਗ ਪ੍ਰੋਸੈਸ। ਬਿਲਕੁਲ ਬਿਲਕੁਲ, ਸੋ ਮੈਂ ਤਾਂ ਇਹੀ ਬੇਨਤੀ ਕਰੂੰਗਾ ਇਸ ਵੇਲੇ ਪੰਜਾਬੀ ਕਮਿਊਨਿਟੀ ਨੂੰ, ਪਲੀਜ਼ ਰਲ ਕੇ ਇੱਕ ਪਲੇਟਫਾਰਮ ਤੇ ਜਿੱਥੇ ਮਰਜ਼ੀ ਡੋਨੇਸ਼ਨ ਕਰੋ, ਪਰ ਬੀ ਟੂਗੈਦਰ ਐਂਡ ਸਟੈਂਡ ਐਸ ਵਨ, ਫਿਰ ਹੀ ਆਪਾਂ ਇਹਦੇ ਹੱਲਾਂ ਮਾਰ ਸਕਦੇ ਹਾਂ। ਬਿਲਕੁਲ ਜੀ, ਥੈਂਕ ਯੂ ਜੀ, ਥੈਂਕ ਯੂ ਜੀ, ਥੈਂਕ ਯੂ ਸੋ ਮਚ।
बिल्कुल मनिंदर, जिस तरीके नाल हर कॉलर अपने अपने और बहुत सूझवान सारे ने, बहुत ही चंगे तरीके नाल जिहड़ा ने अपना पक्ष रख रहे ने, अजिहे दे विच वाकई ये बहुत इंपॉर्टेंट चीज़ है, क्योंकि तारीख कोई है ही नहीं है, सानू पता ही नहीं है भी ये हालात हफ्ते तक दो हफ्ते तक ये सुधरन वाले नहीं है, ये लोंग प्रोसैस है और लोंग प्रोसैस तक ये मदद जिहड़ी है जानी बहुत जरूरी है। अजिहे दे विच ये हुंदा जदों कई वारी आफत आउंदी है ना, तो आफत दे विच हड़बड़ाहट दे विच कई वारी नहीं पता लगता, इनफैक्ट सेवा जिहड़े करते हैं उन्होंने भी हड़बड़ाहट के, क्योंकि उस टाइम तो सिर्फ मदद करना एक ही फोकस होंगे कि हेल्प करनी है, जिम्मे मर्जी पहुँचानी है, उस थोड़िया बहुत छोटिया छोटिया चीज़ा कई बार असं ख्याल नहीं रखते, कुछ मिसटेक्स भी होंगे ने, पर उस तो बाद असी करते करते उन्होंने कुछ लर्न करते हैं, कुछ पता चल जाता भी आह चीज़ों के उत्ते कितना कितने साड़ी ठीक इमेज जी है वह नहीं बन पा रही। कैनेडियन हिस्टरी के वड्डा रोल जिहड़ा वह कम्यूनिटी का हैगा, पंजाबियों का हैगा, एक वड्डा योगदान। सो जे असी कैनेडियन हिस्टरी दे विच इन्नी वड्डी थां असी ऑलरेडी हासिल की हुई है, तो मैं लगता जो भी कोई वड्डे डिजास्टर इदा के आते हैं, चाहे कोई वायरस होवे या किसी भी तरह की आफत आती है, तो उदों भी कम्यूनिटी सब तो वध सेवा लिए अगे आती है, पर यह छोटे छोटे गलतियां करके कितना कितने कम्यूनिटी से ठप्पा कुछ होर भी लग जाता, तो सेवा थोड़ी पिछे हट जाती है। सो यही मैं लगता जिन्हें भी हुण तक कॉलर्स की गल है, मैं सारे यही चीज़ निकल के सामने आ रही है कि जिन्हों का भी फोकस है वो यही है भी असी चंगा काम कर रहे हैं, सो साडा चंगा काम दिखना चाहिए, पर उदा कोई वे होना चाहिए, एक एक प्लेटफॉर्म, एक तरीका जिहड़ा वो साडा शायद बदलने की शायद थोड़ा जिहा लोड़ हैगी है। ये जिहड़ा प्लेटफॉर्म है, जिदा हाँ। भाई साहब ने गल की है कि जो सडनली कुछ होंगे और जिदा ना सडनली बहुत कुछ होंगे, बिल्कुल हम जिदा अपनी कम्यूनिटी है ये असी सारे स्पेशली जो अहद्या बैठे लाइक हम मेरे वर्गे जो है ਸਾਡੀ ਜ਼ਿੰਮੇਵਾਰੀ ਜ਼ਿਆਦੀ ਹੈ ਕਰਕੇ ਅਸੀਂ ਇੱਕ ਸੰਸਥਾ ਦੇ ਵਿੱਚ ਇੱਕ ਸੇਵਾ ਭਾਵੇਂ ਉਹਨੂੰ ਸੇਵਾ ਕਹਿ ਲਓ ਭਾਵੇਂ ਅਹੁਦਾ ਆ ਜੋ ਵੀ ਆ, ਪਰ ਅਸੀਂ ਉਹਦੇ ਵਿੱਚ ਇੱਕ ਜ਼ਿੰਮੇਵਾਰ ਬਣ ਕੇ ਕਮਿਊਨਿਟੀ ਦੇ ਵਿੱਚ ਚੱਲ ਰਹੇ ਹਾਂ। ਜੇ ਅਸੀਂ ਵਾਕਈ ਜ਼ਿੰਮੇਵਾਰ ਹਾਂ, ਇਹ ਮੇਰੇ ਵਿੱਚ ਕੋਈ ਕਮੀ ਹੋਊਗੀ, ਪਰ ਹੁਣ ਜੇ ਕਮੀ ਦਾ ਪਤਾ ਲੱਗ ਗਿਆ ਉਹਨੂੰ ਸਧਾਰਨਾਂ ਨੂੰ ਚੱਲੀਏ, ਕਿ ਜਿਹੜੀ ਗੱਲ ਭਾਈ ਸਾਹਿਬ ਨੇ ਕੀਤੀ ਹੈ ਕਿ ਰਾਈਟ ਨਾਓ ਸਾਨੂੰ ਕਿਉਂ ਇੰਨੀ ਛੇਤੀ ਰਿਸਪੋਂਸ ਦੇਣਾ ਪਿਆ, ਕਿ ਕਿਉਂ ਅਸੀਂ ਇੱਕ ਖਿਲ ਰਿਹਾ ਹੋਇਆ ਰਿਸਪੋਂਸ ਦੇ ਰਹੇ ਹਾਂ, ਅਤੇ ਜਿੱਦਾਂ ਭਾਅ ਜੀ ਕਹਿੰਦੇ ਆ ਕਿ ਕਲੈਬੋਰੇਸ਼ਨ ਦੀ ਲੋੜ ਹੈ ਰਾਈਟ ਨਾ, ਇਹਨਾਂ ਦੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਰਾਈਟ ਨਾ ਇਹ ਤੋਂ ਬਿਨਾਂ ਸਾਡੇ ਕੋਲ ਹੋਰ ਕੁਛ ਹੈ ਨਹੀਂ, ਪਰ ਜੇ ਮੈਂ ਪਰਸਨਲੀ ਦੇਖਾਂ ਇਹ ਇਹਨਾਂ ਭਾਈ ਸਾਹਿਬ ਦੀ ਗੱਲ ਨਹੀਂ, ਐਕਚੁਲੀ ਮੇਰੇ 'ਤੇ ਗੱਲ ਜ਼ਿਆਦਾ ਲੱਗਦੀ ਹੈ ਜੇ ਮੇਰੇ ਵਰਗਿਆਂ 'ਤੇ, ਕਿ 3-4 ਇਹੋ ਜਿਹੀਆਂ ਡਿਜ਼ਾਸਟਰਸ ਪਿਛਲੇ ਸਾਲ 'ਚ ਹੋਈਆਂ ਹੈ। ਬਿਲਕੁਲ ਬਿਲਕੁਲ, ਹਰੇਕ ਡਿਜ਼ਾਸਟਰ ਤੋਂ ਬਾਅਦ ਸਾਡੇ ਕੋਲ ਸਮਾਂ ਸੀ ਜਾਂ ਓਪਰਚੁਨਿਟੀ ਸੀ ਕਿ ਕਲੈਕਟ ਕਰ ਲਈਏ, ਪਰ ਉਹ ਨਹੀਂ ਹੋਇਆ, ਉਹਨੂੰ ਪੈਂਡੈਮਿਕ ਦਾ ਬਹਾਨਾ ਬਣਾ ਲਈਏ ਜੋ ਵੀ ਕਹਿ ਲਈਏ, ਪਰ ਉਹਦੇ ਵਿੱਚ ਇਹ ਹੈ ਕਿ ਸਾਨੂੰ ਲੋੜ ਆ ਕਿ ਹੁਣ ਦੇ ਹਾਲਾਤਾਂ ਦੇ ਵਿੱਚ ਤਾਂ ਚਲੋ ਅਸੀਂ ਰਿਸਪੋਂਡ ਕਰੀ ਜਾਣਾ, ਕੋਲੈਬੋਰੇਟ ਕਰੀ ਜਾਊਂਗੇ, ਪਰ ਜਦੋਂ ਇਹ 'ਚ ਥੋੜ੍ਹੀ ਜਿਹੀ ਠੱਲ ਪੈਣੀ ਆ ਅਤੇ ਥੋੜ੍ਹਾ ਜਿਹਾ ਇਹਨੇ ਡਾਊਨ ਆਉਣਾ ਆ, ਨੈਕਸਟ ਵਨ ਤੋਂ ਪਹਿਲਾਂ ਇੱਕ ਓਪਰਚੁਨਿਟੀ ਆ ਕਮਿਊਨਿਟੀ ਲਈ, ਜਿੱਦਾਂ ਸਾਰੇ ਆਪਣੇ ਵਿਚਾਰ ਦੇ ਰਹੇ ਆ ਕਿ ਇੱਕ ਪਲੈਟਫਾਰਮ 'ਤੇ ਜਦੋਂ ਇੰਨੇ ਵੱਡੇ ਡਿਜ਼ਾਸਟਰਸ ਹੁੰਦੇ ਆ, ਉਹ 'ਤੇ ਇੱਕ ਕਲੈਕਸ਼ਨ ਜਾਂ ਕੋਈ ਨਾ ਕੋਈ ਓਪਰੇਸ਼ਨ ਹੋਣਾ ਚਾਹੀਦਾ, ਕਿਆ ਫਲਾਨੀਆਂ ਔਰਗਨਾਈਜੇਸ਼ਨ, ਅਸੀਂ ਭਾਵੇਂ ਸਟਾਕ ਪਾਇਲ ਕਰ ਲਓ, ਗੁਰਦੁਆਰਾ ਸਾਹਿਬ ਦੂਖ ਨਿਵਾਰਨ ਦਾ ਇੱਕ ਬਹੁਤ ਵਧੀਆ ਇੱਕ ਮੁਹਿੰਮ ਚਲਾਇਆ ਗੁਰੂ ਨਾਨਕ ਫੂਡ ਬੈਂਕ, ਤੇ ਹਰੇਕ ਗੁਰਦੁਆਰੇ ਦੇ ਵਿੱਚ ਭਾਵੇਂ ਉਹ ਫੂਡ ਬੈਂਕ ਹੋਵੇ, ਤੁਹਾਡੀ ਸਪਲਾਈਜ਼ ਪਹਿਲਾਂ ਹੀ ਜਮ੍ਹਾਂ ਹੋਣ, ਬਿਲਕੁਲ, ਤੇ ਜਦੋਂ ਕੋਈ ਡਿਜ਼ਾਸਟਰ ਹੁੰਦਾ ਆ ਤੁਹਾਡੇ ਕੋਲ ਇੱਕ ਸਟਾਕ ਸਪਲਾਈ ਪਹਿਲਾਂ ਹੀ ਪਈ ਹੋਵੇ ਕਿ ਤੁਸੀਂ ਉਹਨੂੰ ਪੁਸ਼ ਕਰ ਸਕਦੇ ਆ ਕਿਤੇ ਕਿਸੇ ਨੂੰ, ਵੀਕ ਟੂ ਵੀਕ ਜਿਹੜੇ ਲੋੜਵੰਦ ਆ ਉਹਨਾਂ ਦੀ ਸੇਵਾ ਵੀ ਹੋਈ ਜਾਂਦੀ ਹੈ, ਤੁਹਾਡੇ ਕੋਲ ਇੱਕ ਸਟਾਕ ਸਪਲਾਈ ਵੀ ਆ ਕੈਨ ਗੁੱਡਸ ਦਾ, ਨਾਨ ਪੇਰਿਸ਼ੇਬਲ ਫੂਡ ਆਈਟਮਸ ਦਾ, ਸੋ ਉਹ ਜਿਹੜੀਆਂ ਗੱਲਾਂ ਆ ਇੱਕ ਦੂਜੇ ਤੋਂ ਸਾਨੂੰ ਸਿੱਖਣ ਦੀ ਵੀ ਮਿਲਦੀਆਂ, ਰਾਦਰ ਦੈਨ ਇਹਨੂੰ ਕੰਪੀਟੀਸ਼ਨ ਦੇਖੀਏ, ਐਗਜ਼ੈਕਟਲੀ, ਅਸੀਂ ਉਹਨੂੰ ਇੱਕ ਸਿੱਖਿਆ ਦੇਖੀਏ ਕਿ ਜੇ ਗੁਰਦੁਆਰਾ ਸਾਹਿਬ ਦੂਖ ਨਿਵਾਰਨ ਨੇ ਜਾਂ ਗੁਰੂ ਨਾਨਕ ਫ੍ਰੀ ਕਿਚਨ ਨੇ ਜਾਂ ਹੋਰ ਕੋਈ ਸਾਡੀ ਸੇਵਾ ਸੰਸਥਾਵਾਂ ਨੇ ਕੋਈ ਚੀਜ਼ ਬਣਾਈ ਹੈ, ਰਾਦਰ ਦੈਨ ਅਸੀਂ ਉਹਨੂੰ ਨਿੰਦੀਏ, ਬਿਲਕੁਲ, ਅਸੀਂ ਉਹ ਚੀਜ਼ ਆਪਣੇ ਆਪ ਅਪਣਾਈਏ, ਤੇ ਉਹੀ ਹੈ ਜੇ ਗੁਰੂ ਦੀ ਵੀ ਗੱਲ ਇਹੀ ਹੈ ਕਿ ਸਾਂਝ ਕਰੀਜੇ ਗੁਣਾ ਕੇਰੀ ਛੋਟ ਅਵਗਣ ਚੱਲੀਏ, ਕਿ ਜਿੱਥੇ ਗੁਣ ਹੋ ਰਹੇ ਆ ਉਹ ਗੁਣਾਂ ਦੀ ਸਾਂਝ ਕਰਨਾ ਅਸੀਂ ਸਾਰੇ ਸਿੱਖੀਏ, ਤੇ ਆਏ ਇਹਦੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹੈ ਉਦਾਂ ਕਿ ਹੁਣ ਤਾਂ ਇੱਕ ਰਿਸਪੋਂਸ ਸਾਨੂੰ ਤਾਂ ਦੇਣਾ ਪਿਆ ਕਰਕੇ ਕੋਈ ਚੀਜ਼ ਬਣੀ ਨਹੀਂ ਸੀ, ਜੀ ਬਿਲਕੁਲ, ਤੇ ਅਗਾਂਹ ਨੂੰ ਅਸੀਂ ਉਹਦੇ ਵਿੱਚ ਸੰਸਥਾਵਾਂ ਦੇ ਜਿਹੜੇ ਅਹੁਦੇਦਾਰ ਆ ਹੋਰ ਗੁਨਾਹਗਾਰ ਹੋਵੋਗੇ ਜੇ ਅਸੀਂ ਉਹ ਚੀਜ਼ ਹੁਣ ਨਹੀਂ ਬਣਾਉਂਦੇ, ਬਿਲਕੁਲ, ਤੇ ਉਹ ਬਣਾਉਣੀ ਕੋਲ ਕੋਈ ਔਖੀ ਨਹੀਂ, ਉਹਦੇ ਵਿੱਚ ਇਹ ਹੈ ਕਿ ਜਿੱਦਾਂ ਇਹਨੇ ਭਾਈ ਸਾਹਿਬ ਨੇ ਕਿਹਾ ਸੀ ਖਾਲਸਾ ਏਡ ਜਾਂ ਗੁਰੂ ਨਾਨਕ ਫ੍ਰੀ ਕਿਚਨ, ਇਹੋ ਜਿਹੀ ਸੰਸਥਾਵਾਂ ਨੂੰ ਨੈਟਵਰਕ ਦਾ ਸਾਰਾ ਪ੍ਰੋਸੈਸ ਦਾ ਓਪਰੇਸ਼ਨ ਦਾ ਸਾਰਾ ਕੁਛ ਪਹਿਲਾਂ ਹੀ ਪਤਾ ਹੈ ਕਿ ਉਹਦੇ ਵਿੱਚ ਗੁਰਦੁਆਰਾ ਕੀ ਹੁੰਦਾ ਆ, ਗੁਰਦੁਆਰਾ ਇੱਕ ਸ਼ਰਨ ਦਾ ਥਾਂ ਆ, ਇੱਕ ਆਤਮਿਕ ਅਤੇ ਸਰੀਰਕ ਖੁਰਾਕ ਦਾ ਥਾਂ ਆ, ਕਿ ਉੱਥੇ ਰੱਖਿਆ ਵੀ ਹੁੰਦੀ ਹੈ, ਉੱਥੇ ਹਿਫਾਜ਼ਤ ਵੀ ਹੁੰਦੀ ਹੈ,
ਸੋ ਉਹ ਜਿਹੜੀਆਂ ਚੀਜ਼ਾਂ ਆ ਇੱਕ ਪਲੇਟਫਾਰਮ ਆ ਤੇ ਇਹ ਜਿਹੜੀਆਂ ਸੇਵਾ ਸੰਸਥਾਵਾਂ ਆ ਜਿੱਥੇ ਸੰਗਤ ਦਾ ਦਾਨ ਆ ਰਿਹਾ ਹੈ ਗੁਰੂ ਘਰਾਂ ਦੇ ਵਿੱਚ ਉਹ ਦਾਨ ਜਿਹੜਾ ਆ ਉਹਨਾਂ ਤੱਕ ਸੇਵਾ ਸੰਸਥਾਵਾਂ ਉਹਨੂੰ ਲੀਡ ਕਰਨ ਤੇ ਪਲੇਟਫਾਰਮ ਪਿੱਛੇ ਜਿਹੜੀ ਆ ਉਹ ਇੱਕ ਰੂਟ ਬਣ ਕੇ ਜਾਂ ਧੜਾ ਬਣ ਕੇ ਜਿਹੜੀ ਆ ਉਹ ਗੁਰਦੁਆਰੇ ਹੋਣ ਸੋ ਸਾਰਿਆਂ ਨੂੰ ਆਪਣਾ ਰੋਲ ਉਹ 'ਚ ਰੈਕਗਨਾਈਜ਼ ਕਰਨਾ ਚਾਹੀਦਾ ਹੈ ਕਿ ਸਿਰਫ ਮੇਰਾ ਚਿਹਰਾ ਇਹਦੀ ਲੋੜ ਨਹੀਂ ਹੈਗੀ ਜਾਂ ਮੇਰੀ ਗੱਲ ਦੀ ਲੋੜ ਨਹੀਂ ਹੈਗੀ ਜਿਹੜੇ ਹੋਰ ਸਿਆਣੇ ਜਿਹੜੇ ਡੇ ਟੂ ਡੇ ਇਹੀ ਕੰਮ ਨਿਭਾ ਰਹੇ ਆ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਉਹ ਲੀਡ ਕਰਨ ਤੇ ਜਿਹੜੀਆਂ ਗੁਰੂ ਘਰ ਜਾਂ ਗੁਰਦੁਆਰੇ ਦੀ ਸਥਾਨਾਂ ਉਹ ਰੀਸੋਰਸਿੰਗ ਪੈਸਾ ਗੁਰਦੁਆਰੇ ਦਾ ਜਿਹੜਾ ਆ ਜਿਹੜਾ ਸੰਗਤ ਦਿੰਦੀ ਹੈ ਉਹ ਸਾਰਾ ਕੁਝ ਪਿੱਛੋਂ ਪ੍ਰੋਵਾਈਡ ਕਰੇ ਸੰਗਤ ਰਾਹੀਂ ਜਦੋਂ ਮੀਟਿੰਗਸ ਹੁੰਦੀਆਂ ਨੇ ਮਨਿੰਦਰ ਇਹਨਾਂ ਦਿਨਾਂ ਦੇ ਵਿੱਚ ਆਈ ਥਿੰਕ ਜਦੋਂ ਹੈਲਪ ਵੀ ਪਹੁੰਚਾਉਣੀ ਹੁੰਦੀ ਹੈ ਤਾਂ ਇਹ ਕਮੇਟੀ ਜਿਹੜੀ ਹੈ ਸਾਰੇ ਨੁਮਾਇੰਦੇ ਹੁੰਦੇ ਨੇ ਕਿਸੇ ਵੀ ਸੰਸਥਾ ਦੇ ਉਹ ਇੱਕ ਵਾਰੀ ਤਾਂ ਬੈਠਦੇ ਹੋਣਗੇ ਵੀ ਕਿਵੇਂ ਕਿਵੇਂ ਆਪਾਂ ਸਾਰੀਆਂ ਚੀਜ਼ਾਂ ਪਹੁੰਚਾਉਣੀਆਂ ਰਸਦ ਪਾਣੀ ਪਹੁੰਚਾਉਣਾ ਇੱਕ ਮੀਟਿੰਗ ਜ਼ਰੂਰ ਹੁੰਦੀ ਹੋਏਗੀ ਉਸ ਨੂੰ ਲੈ ਕੇ ਸੋ ਆਈ ਥਿੰਕ ਜੇ ਅੱਜ ਅਸੀਂ ਇਸ ਮੁੱਦੇ ਦੇ ਉੱਤੇ ਗੱਲ ਕੀਤੀ ਹੈ ਤਾਂ ਆਈ ਥਿੰਕ ਤੁਹਾਡੇ ਵੱਲੋਂ ਇਹ ਇਨੀਸ਼ੀਏਟਿਵ ਇਸ ਚੀਜ਼ ਦਾ ਲਿਆ ਜਾਵੇ ਵੀ ਸਾਰਿਆਂ ਨੂੰ ਇੱਕ ਇਕੱਠੇ ਕਰਕੇ ਉਹਨਾਂ ਨਾਲ ਇਸ ਚੀਜ਼ ਦੇ ਉੱਤੇ ਗੌਰ ਕੀਤਾ ਕਰਨ ਲਈ ਕਿਹਾ ਜਾਏ ਕਿ ਆਪਾਂ ਕੁਝ ਇੱਦਾਂ ਦਾ ਕਰੀਏ ਤਾਂ ਕਿ ਜਿਹੜੀ ਸਹੀ ਚੀਜ਼ ਹੈ ਉਹ ਸਹੀ ਤਰੀਕੇ ਨਾਲ ਹੀ ਸਾਹਮਣੇ ਆ ਸਕੇ ਖਾਸ ਤੌਰ ਤੇ ਲੋਕਾਂ ਦੇ ਵਿੱਚ ਇੱਕ ਕਾਲਰ ਦੀ ਗੱਲ ਦਾ ਮੈਨੂੰ ਇੱਕ ਪੁਆਇੰਟ ਉਹਨਾਂ ਦਾ ਯਾਦ ਆ ਗਿਆ ਉਹਨਾਂ ਨੇ ਕਿਹਾ ਸੀ ਵੀ ਕਈ ਵਾਰੀ ਇਹ ਹੁੰਦਾ ਵੀ ਆਪਣੇ ਮੁਫਾਦ ਕਰਕੇ ਇਸਤੇਮਾਲ ਕਰਨੀਆਂ ਚੀਜ਼ਾਂ ਕਈ ਵਾਰੀ ਹੁੰਦਾ ਕਿ ਜ਼ਰੂਰਤ ਦਾ ਸਮਾਨ ਲਿਆ ਜਾ ਰਿਹਾ ਪਰ ਪਹੁੰਚਾਇਆ ਨਹੀਂ ਜਾ ਰਿਹਾ ਫਾਈਨੈਂਸ਼ਲੀ ਜਿਹੜਾ ਵਿੱਤੀ ਸਹਾਇਤਾ ਕਹੀ ਜਾ ਰਹੀ ਸੀ ਪੈਸਾ ਲਿਆ ਜਾ ਰਿਹਾ ਪਰ ਪੈਸਾ ਪਹੁੰਚਾਇਆ ਨਹੀਂ ਜਾ ਰਿਹਾ ਸੋ ਕਈ ਵਾਰੀ ਇਦਾਂ ਦੇ ਸਵਾਲ ਵੀ ਕਈ ਤਰ੍ਹਾਂ ਦੇ ਠੱਪਾ ਲੱਗ ਜਾਂਦਾ ਹੈਗਾ ਸੰਸਥਾਵਾਂ ਦੇ ਉੱਤੇ ਸੋ ਅਖੀਰ ਦੇ ਵਿੱਚ ਮਨਿੰਦਰ ਕੀ ਕਹਿਣਾ ਚਾਹੋਗੇ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਔਰ ਖਾਸ ਤੌਰ ਦੇ ਉੱਤੇ ਤੁਸੀਂ ਆਪਣੇ ਵੱਲੋਂ ਕੀ ਸਾਰਿਆਂ ਨੂੰ ਅਪੀਲ ਕਰਨਾ ਚਾਹੋਗੇ ਜਿਹੜੀ ਥੱਬੇ ਦੀ ਗੱਲ ਆ ਉਹ ਤਾਂ ਲਗਾਤਾਰ ਇਹੋ ਖੇਤਿਆਂ ਦੇ ਵਿੱਚ ਲੱਗਣੇ ਹੀ ਆ ਜੀ ਉਹ ਭਾਵੇਂ ਸਿਆਸੀ ਜਥੇਬੰਦੀਆਂ ਆ ਧਾਰਮਿਕ ਸਿਆਸੀ ਜਥੇਬੰਦੀਆਂ ਨਾਟ ਜਿਹੜੀ ਦੁਨਿਆਵੀ ਸਿਆਸੀ ਆ ਜਾਂ ਗੁਰਦੁਆਰਾ ਸਾਹਿਬ ਆ ਜਾਂ ਸੇਵਾ ਸੰਸਥਾਵਾਂ ਕਿਤੇ ਨਾ ਕਿਤੇ ਦੇਖ ਲਓ ਤੇ ਸਾਰਿਆਂ ਦੇ ਉੱਤੇ ਉਂਗਲੀ ਉਠਾਈ ਜਾਂਦੀ ਹੈ ਕਿ ਪੈਸਾ ਜਿਹੜਾ ਹੈ ਕਿੱਥੇ ਜਾਂਦਾ ਹੈ ਉਹਦੇ ਲਈ ਜਿਹੜੀ ਹੈ ਨਾ ਗੱਲ ਗੁਰਦੁਆਰਿਆਂ ਦੇ ਵਿੱਚ ਜਾਂ ਸੰਸਥਾਵਾਂ ਦੇ ਵਿੱਚ ਆ ਇਸ਼ੂ ਇਹ ਨਹੀਂ ਹੈਗਾ ਕਿ ਤੁਸੀਂ ਸਵਾਲ ਪੁੱਛ ਰਿਹਾ ਆ ਪਰ ਸਵਾਲ ਪੁੱਛਣ ਦਾ ਤਰੀਕਾ ਹੁੰਦਾ ਬਿਲਕੁਲ ਕੋਈ ਕੋਈ ਵੀ ਗੁਰਦੁਆਰੇ ਦੇ ਵਿੱਚ ਜਾਵੇ ਤੇ ਉੱਥੇ ਜਿਹੜੀ ਉੱਥੇ ਮੈਨੇਜਿੰਗ ਕਮੇਟੀ ਹੈ ਉਹਨਾਂ ਨੂੰ ਪੁੱਛ ਲਵੇ ਕਿ ਤੁਹਾਡੇ ਜਿਹੜੇ ਫਾਈਨੈਂਸ਼ੀਅਲ ਰੈਕੋਰਡਸ ਆ ਜਾਂ ਤੁਹਾਡਾ ਜਿਹੜਾ ਬਜਟ ਆ ਕਿਹੜੀ ਕਿਹੜੀ ਚੀਜ਼ ਨੂੰ ਤੁਸੀਂ ਕਿੱਥੇ ਕਿੱਥੇ ਐਲੋਕੇਟ ਕੀਤਾ ਹੈ ਹੁਣ ਜਿੱਦਾਂ ਸਰ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਕੋਈ ਆਣ ਕੇ ਮੈਨੂੰ ਪੁੱਛ ਲਵੇ ਹਾਂਜੀ ਆਈ ਹੈਵ ਨੋ ਮੈਨੂੰ ਤਾਂ ਕੋਈ ਇਸ਼ੂ ਹੀ ਨਹੀਂ ਹੈਗਾ ਕਿ ਉੱਥੇ ਫਰੰਟ 'ਤੇ ਵੀ ਲੱਗਿਆ ਹੈ ਬਿਲਕੁਲ ਅਤੇ ਅਸੀਂ ਕਹੂੰਗੇ ਕਿ ਸਾਡਾ $120,000 ਅ ਈਅਰ ਅਸੀਂ ਯੂਥ ਬਜਟ ਨੂੰ ਦਿੱਤਾ ਹੈ ਉਹ ਯੂਥ ਬਜਟ ਦੇ ਵਿੱਚ ਅਸੀਂ ਆਹ ਚੀਜ਼ਾਂ ਖਰਚੀਆਂ ਸਾਡੀ ਗੁਰਮਤ ਅਕੈਡਮੀ ਆ ਸਾਡੀ ਸਪੋਰਟਸ ਡੋਨੇਸ਼ਨ ਆ ਐਨੂਅਲੀ ਅਸੀਂ ਆਹ ਕਰ ਰਹੇ ਹਾਂ ਆਹ ਕਰ ਰਹੇ ਹਾਂ ਅਸੀਂ ਦਾ ਮਤਲਬ ਇਹ ਹੈ ਕਿ ਸੰਗਤ ਕਰ ਰਹੀ ਹੈ ਜੀ ਬਿਲਕੁਲ ਕਰਕੇ ਸੰਗਤ ਦਾ ਪੈਸਾ ਹੈ ਸੋ ਕਮਿਊਨਿਟੀ ਦੇ ਵਿੱਚ ਜਿੱਦਾਂ ਆ ਰਿਹਾ ਆ ਉਦਾਂ ਹੀ ਮੁੜ ਕੇ ਜਾਣਾ ਚਾਹੀਦਾ ਹੈ ਮੈਂ ਇਹ ਗੱਲ ਕਹੂੰਗਾ ਤੇ ਇਹ ਗੱਲ ਮੈਨੂੰ ਪਤਾ ਹੈ ਕਿ ਜਿਹੜੇ ਕਈ ਜਿਹੜੇ ਪੁਰਾਣੇ ਬੰਦੇ ਆ ਉਹਨਾਂ ਨੂੰ ਨਹੀਂ ਚੰਗੀ ਲੱਗਣੀ ਜੇ ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਮੈਸਿਵ ਕਲੈਕਸ਼ਨ ਆਫ ਫੰਡਸ ਆ ਜਿਹੜਾ ਨਹੀਂ ਵਰਤਿਆ ਜਾ ਰਿਹਾ ਉਹ ਇੱਕ ਪ੍ਰੋਬਲਮ ਆ ਵੀ ਉਹ ਕਿਉਂ ਕਲੈਕਟ ਕੀਤਾ ਜਾ ਰਿਹਾ ਹੁਣ ਜੇ ਕਹੂਗਾ ਕਿ ਸਾਡੇ ਕੋਲ $1 million ਬੈਂਕ 'ਚ ਪਿਆ ਆ ਕਮਿਊਨਿਟੀ ਵੱਲੋਂ ਸਵਾਲ ਇਹ ਹੋਣਾ ਚਾਹੀਦਾ ਹੈ ਕਿ ਬੱਚੇ ਮਰ ਰਹੇ ਆ ਸਾਡੀ ਸਪੋਰਟਸ ਰੈਕ੍ਰੀਏਸ਼ਨ ਪ੍ਰੋਗਰਾਮਸ ਨਹੀਂ ਹੈਗੇ ਜੀ ਬਿਲਕੁਲ ਸਾਡੇ ਆਰਟਸ ਕਲੱਬਸ ਨਹੀਂ ਹੈਗੇ ਜਿਹੜੀ ਸਿੱਖ ਸਿੱਖ ਤੇ ਸਿੱਖ ਵਿਰਸੇ ਦੇ ਆਰਟਸ ਕਲੱਬ ਹੋਣ ਇਹ ਚੀਜ਼ਾਂ ਸਾਰੀਆਂ ਘਾਟ ਆ ਸਾਡੇ ਲਈ ਤਾਂਤੀ ਸਾਜ ਦਾ ਕੀਰਤਨ ਸਾਨੂੰ ਭੁੱਲ ਰਿਹਾ ਆ ਉਹਦੇ ਕੋਈ ਵਧੀਆ ਟੀਚਰਸ ਲਿਆ ਕਿਤੇ ਨਾ ਕਿਤੇ ਤੁਸੀਂ ਬਹੁਤ ਚੀਜ਼ਾਂ ਕਰ ਸਕਦੇ ਹਾਂ ਪਰ ਸਵਾਲ ਇਹ ਹੈ ਕਿ ਜਮ੍ਹਾਂ ਕਿਉਂ ਪੈਸਾ ਹੋ ਰਿਹਾ ਹੈ ਉਹ ਜਿਹੜਾ ਪੈਸਾ ਆ ਰਿਹਾ ਹੈ ਕਮਿਊਨਿਟੀ ਵੱਲੋਂ ਉਹ ਕਮਿਊਨਿਟੀ ਲਈ ਹੈ ਕਮਿਊਨਿਟੀ ਦੇ ਪ੍ਰੋਗਰਾਮਿੰਗ ਲਈ ਹੈ ਹੁਣ ਉਹ ਸਾਰਾ ਕੁਝ ਮੁੜ ਕੇ ਭਾਵੇਂ ਉਹ ਸੇਵਾ ਦੇ ਵਿੱਚ ਆ ਡਿਜ਼ਾਸਟਰ ਰਿਲੀਫ ਦੇ ਵਿੱਚ ਆ ਇੰਟਰਨੈਸ਼ਨਲ ਹਿਊਮੈਨੀਟੇਰੀਅਨ ਏਡ ਦੇ ਵਿੱਚ ਆ ਲੋਕਲ ਸਪੋਰਟਸ ਕਲੱਬਸ ਦੇ ਵਿੱਚ ਇਨਵੈਸਟਮੈਂਟ ਆ ਕੁਛ ਵੀ ਆ ਪਰ ਉਹ ਜਿਹੜਾ ਦਾਨ ਆ ਸੰਗਤ ਦਾ ਉਹ ਮੁੜ ਕੇ ਕਮਿਊਨਿਟੀ 'ਚ ਨਹੀਂ ਜਾਂਦਾ ਫਿਰ ਉਹਦਾ ਫਾਇਦਾ ਕੀ ਹੈ ਜੀ ਬਿਲਕੁਲ ਰਾਈਟ ਉਹਦੇ ਵਿੱਚ ਮੁੜ ਕੇ ਇਹ ਕਹਿਣਾ ਕਿ ਸਾਡੀ ਕਮੇਟੀ ਨੇ $1 million ਕਲੈਕਟ ਕਰਕੇ ਇੱਥੇ ਰੱਖ ਦਿੱਤਾ ਕਮਿਊਨਿਟੀ ਨੂੰ ਕੀ ਮਿਲਿਆ ਉਹਦੇ ਵਿੱਚੋਂ ਪੈਸਾ ਤਾਂ ਕਮਿਊਨਿਟੀ ਦਾ ਤੁਹਾਡੀ ਕਮੇਟੀ ਨੇ ਤਾਂ ਕੁਛ ਵੀ ਨਹੀਂ ਕੀਤਾ ਹੁਣ ਮੇਰੇ ਵਰਗਾ ਕੱਲੂ ਜਾਂਦਾ ਜਾਂਦਾ ਕਹਿ ਦੂਗਾ ਕਿ ਦੇਖੋ ਜੀ ਦਸ਼ਮੇਸ਼ ਦਰਬਾਰ ਦੇ ਵਿੱਚ ਮੈਂ $2 million ਕਲੈਕਟ ਕਰਕੇ ਦੇ ਦਿੱਤਾ ਮੈਂ ਜਦੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਕਰਨ ਵੀ ਆਇਆ ਮੈਂ ਇੱਕ ਗੱਲ ਕਹੀ ਸੀਗੀ ਕਿ ਜਦੋਂ ਮੈਂ ਇੱਥੋਂ ਜਾਵਾਂ ਅਗੋ ਮੇਰੀ ਇਹ ਹੋ ਪਿਆ ਕਿ ਕੋਈ ਜਾਣੇ ਵੀ ਨਹੀਂ ਕਿ ਇੱਥੇ ਸੇਵਾ ਕੌਣ ਕਰ ਰਿਹਾ ਹੈ ਅਤੇ ਸੈਕਿੰਡ ਗੱਲ ਇਹ ਆ ਕਿ ਬਜਟ ਜਿਹੜਾ ਇਨਕਮ ਹੈ ਉਹ ਜ਼ੀਰੋ ਹੋਵੇ ਜਦੋਂ ਮੈਂ ਨਿਕਲਿਆ ਪਰ ਸਾਰਾ ਕੁਛ ਮੁੜ ਕੇ ਕਮਿਊਨਿਟੀ ਦੇ ਵਿੱਚ ਜਾਵੇ ਕਿਉਂਕਿ ਅਸੀਂ ਜਦੋਂ ਇੱਥੇ ਜੰਮ ਪਲ ਕੇ ਵੱਡੇ ਹੋਏ ਹਾਂ ਅਸੀਂ ਵੀ ਦੇਖਿਆ ਕਿ ਸਾਨੂੰ ਕੋਈ ਸਹੂਲਤਾਂ ਨਹੀਂ ਸੀ ਜਿਮ ਸਾਨੂੰ ਅਵੇਲੇਬਲ ਨਹੀਂ ਸੀਗੀ ਖੇਡਣ ਲਈ
ਫੀਲਡਸ ਨਹੀਂ ਸਾਡੇ ਕੋਲ ਅਵੇਲੇਬਲ ਸੀ। ਹਾਂ ਸਿਟੀ ਆਫ ਸਰੀ ਤੇ ਹੋਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਪਰ ਅਸੀਂ ਆਪ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਵੀ ਰੈਕ੍ਰੀਏਸ਼ਨਲ ਸਟਰਕਚਰਸ ਪੈਦਾ ਕਰ ਸਕਦੇ ਹਾਂ ਜੇ ਬੱਚਿਆਂ ਨੂੰ ਜੋੜਨਾ ਆ ਆਉਣ ਵਾਲੇ ਦਹਾਕਿਆਂ ਦੇ ਵਿੱਚ। ਜੇ ਸਾਡੇ ਕੋਲ ਸਾਕਰ ਫੀਲਡਸ, ਬਾਲ ਹਾਕੀ ਕੋਰਟਸ, ਬਾਸਕਟਬਾਲ ਕੋਰਟਸ ਬਣੇ ਹੋਣ, ਇੱਕ ਖਿੱਚ ਆ ਨਿਆਣਿਆਂ ਨੂੰ ਕਿ ਅਸੀਂ ਇੱਥੇ ਲਿਸਟ ਆਈਏ। ਜਦੋਂ ਉੱਥੇ ਆ ਜਾਂਦੇ ਆ, ਹੌਲੀ ਹੌਲੀ ਉਹਨਾਂ ਦਾ ਨਾਤਾ ਆਪਣੀ ਬੋਲੀ ਦੇ ਨਾਲ, ਸਿੱਖ ਸੱਭਿਆਚਾਰ ਦੇ ਨਾਲ, ਸਿੱਖੀ ਦੇ ਨਾਲ ਉਹ ਵੱਧਦਾ ਆ। ਤੇ ਅਸੀਂ ਇਹੀ ਚਾਹੁੰਦੇ ਹਾਂ ਕਿ ਉਹਨਾਂ ਦੇ ਵਿੱਚ ਇੱਕ ਅਣਖ ਹੋਵੇ ਕਿ ਅਸੀਂ ਸਿੱਖ ਹਾਂ, ਸਾਡੇ ਗੁਰੂ ਸਾਹਿਬਾਨ ਨੇ ਆਹ ਚੀਜ਼ ਦੁਨੀਆਂ ਨੂੰ ਦਿੱਤੀ ਹੈ ਅਤੇ ਅਸੀਂ ਉਹਨੂੰ ਅਗਾਂਹ ਆਪਣੀ ਕੁਆਲਿਟੀਜ਼ ਦੇ ਨਾਲ, ਸੇਵਾ ਦੇ ਨਾਲ ਕਿੱਦਾਂ ਵਧਾਉਣਾ ਹੈ। ਅਤੇ ਲਾਸਟ ਮੈਸੇਜ ਜਿਹੜਾ ਇੱਕ ਸੰਸਾਰ ਫਾਊਂਡੇਸ਼ਨ ਅਤੇ ਜਿਹੜੇ ਕੰਮ ਕਰ ਰਹੇ ਆ, ਅਸੀਂ ਤਾਂ ਕਹੂੰਗੇ ਕਿ ਗੁਰਦੁਆਰਾ ਸਾਹਿਬ ਜਿੱਦਾਂ ਇੱਕ ਥਾਂ ਆ, ਫਾਊਂਡੇਸ਼ਨ, ਇਸ ਫਾਊਂਡੇਸ਼ਨ ਵੱਲੋਂ ਸਾਰਾ ਕੰਮ ਹੋ ਰਿਹਾ ਆ। ਇਹਨਾਂ ਨੇ ਇੱਕ ਗੋ ਫੰਡਮੀ ਪੇਜ ਜਿਹੜਾ ਤੁਸੀਂ ਦਿਖਾ ਰਹੇ ਆ, ਉਹਦੇ 'ਤੇ ਉਹ ਆਪਣਾ ਕਲੈਕਸ਼ਨ ਕਰ ਰਹੇ ਆ। ਅਤੇ ਉਹ ਕਲੈਕਸ਼ਨ ਦੇ ਨਾਲ ਜੇ ਕੋਈ ਫਿਊਲ ਕੋਸਟ ਆ ਜਾਣ ਲਈ, ਜਾਂ ਉੱਥੇ ਕਾਸਕੋ ਦੇ ਰਨ ਕਰਕੇ ਉੱਥੇ ਜਾ ਕੇ ਸਮਾਨ ਜਿਹੜਾ ਸਪੈਸ਼ਲ ਪਹੁੰਚਾਉਣਾ ਆ, ਜਾਂ ਕਮਿਊਨਿਟੀਜ਼ ਨੂੰ ਦਾਨ ਕਰਨਾ ਆ, ਉਹ ਸਾਰਾ ਵੇਰਵਾ ਉਹਨਾਂ ਦੇ ਕੋਲ ਹੈਗਾ ਆ। ਮੈਂ ਅੱਜ ਵੀ ਕਹੂੰਗਾ ਕਿ ਕੋਈ ਵੀ ਕਲੈਕਸ਼ਨ ਕਿਤੇ ਵੀ ਹੋ ਰਿਹਾ ਆ ਅਤੇ ਸੰਗਤ ਨੂੰ ਕੋਈ ਵੀ ਗੱਲ ਦੀ ਜਾਣਕਾਰੀ ਦੀ ਲੋੜ ਆ, ਡਾਇਰੈਕਟਲੀ ਤੁਸੀਂ ਉਹਨਾਂ ਤੱਕ ਪਹੁੰਚ ਕਰੋ। ਉਹਨਾਂ ਨੂੰ ਪੁੱਛੋ ਕਿ ਭਾਈ ਅਸੀਂ ਆਹ ਪੈਸਾ ਦਿੱਤਾ ਸੀ, ਜਾਂ ਤੁਹਾਡੇ ਪੈਸੇ ਕਿੱਥੇ ਜਾ ਰਹੇ ਆ। ਅਤੇ ਅੱਗੇ ਜੇ ਤੁਹਾਨੂੰ ਜਵਾਬ ਇਹ ਮਿਲਦਾ ਆ ਕਿ ਉਹਨਾਂ ਨੇ ਨਹੀਂ ਜਵਾਬ ਦੇਣਾ, ਤੁਹਾਨੂੰ ਆਹ ਪਤਾ ਲੱਗ ਜਾਣਾ। ਪਰ ਜੇ ਉਹ ਜਵਾਬ ਦਿੰਦੇ ਆ, ਤੁਹਾਨੂੰ ਇਹ ਵੀ ਪਤਾ ਲੱਗ ਜਾਣਾ ਕਿ ਸੇਵਾ ਹੋ ਰਹੀ ਆ। ਉਹਦੇ ਵਿੱਚ ਤੁਸੀਂ ਆਪਣੀ ਤਿਲ ਫੁਲ ਪੇਟਾ ਦਸਵੰਧ ਪਾਉਣਾ ਚਾਹੁੰਦੇ ਆ, ਕਹੂੰਗਾ ਕਿ ਹੁਣ ਪਾਉਣ ਦੀ ਲੋੜ ਹੈ। ਜਿੱਦਾਂ ਭਾਈ ਸਾਹਿਬ ਨੇ ਗੱਲ ਕੀਤੀ ਹੈ ਕਿ 2-4-6 ਮਹੀਨੇ ਜੇ ਇਹੀ ਹਾਲ ਆ, ਅਤੇ ਜਿੰਨੇ ਵੀ ਉਹਨਾਂ ਨੇ ਔਰਗਨਾਈਜੇਸ਼ਨ ਦਾ ਨਾਂ ਲਿਆ ਆ, ਕਿਰਪਾ ਕਲੈਕਟਿਵ, 13-13, ਲਾਈਕ ਐਜ਼ ਐਨ ਇੱਕ ਸੰਸਾਰ ਫਾਊਂਡੇਸ਼ਨ, ਉਹਦੇ ਵਿੱਚ ਜਾ ਕੇ ਜੇ ਤੁਸੀਂ ਆਪਣੀ ਪੇਟਾ ਦੇਣੀ ਹੈ ਤਾਂ ਜ਼ਰੂਰ ਦੇਵੋ। ਪਰ ਇਹ ਵੀ ਇੱਕ ਗੱਲ ਆ ਕਿ ਜਿੰਨੇ ਵੀ ਹੱਥੀਂ ਅਸੀਂ ਕੰਮ ਕਰ ਸਕਦੇ ਹਾਂ, ਉਹਦੇ ਵਿੱਚ ਵੀ ਅਸੀਂ ਕੋਸ਼ਿਸ਼ ਕਰੀਏ ਕਿ ਭਾਵੇਂ ਸੈਂਡ ਬੈਗਸ ਫਿਲ ਕਰੀਏ, ਭਾਵੇਂ ਉੱਥੇ ਜਾ ਕੇ ਸੈਂਡ ਬੈਗ ਚਿਣੀਏ, ਫਲੱਡ ਰਿਲੀਫ ਦੇ ਵਿੱਚ ਕੰਮ ਕਰੀਏ, ਕਿਸੇ ਵੀ ਤਰ੍ਹਾਂ ਉਹਦੇ ਵਿੱਚ ਅਸੀਂ ਉਹ ਵੀ ਕਰੀਏ। ਬਿਲਕੁਲ, ਥੈਂਕ ਯੂ ਸੋ ਮੱਚ ਮਨਿੰਦਰ, ਤੁਸੀਂ ਸ਼ੋਅ ਦੇ ਵਿੱਚ ਆਏ। ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹਨਾਂ ਦੇ ਉੱਤੇ, ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਸੀ ਜਿਨ੍ਹਾਂ ਦੇ ਉੱਤੇ ਚਾਨਣਾ ਪਾਉਣਾ ਜ਼ਰੂਰੀ ਸੀਗਾ। ਕਈ ਤਰ੍ਹਾਂ ਦੀ ਕਨਫਿਊਜ਼ਨ ਇਸ ਵੇਲੇ ਲੋਕਾਂ ਦੇ ਜਿਹੜੇ ਜ਼ਹਿਨ ਦੇ ਵਿੱਚ ਸੀਗੀ, ਉਹ ਕਲੀਅਰ ਹੋਈ ਹੈ। ਬਹੁਤ ਬਹੁਤ ਥੈਂਕ ਯੂ ਸਟੂਡੀਓ 'ਚ ਆਉਣ ਲਈ। ਸੋ ਮਨਿੰਦਰ ਸਾਡੇ ਨਾਲ ਜੁੜੇ ਹੋਏ ਸੀ, ਮਨਿੰਦਰ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਹੋਈਆਂ ਨੇ। ਸੋ ਅਜਿਹੇ ਦੇ ਵਿੱਚ ਓਵਰਆਲ ਜੇ ਅਸੀਂ ਗੱਲ ਕਰ ਲਈਏ ਤਾਂ ਕੁੱਲ ਮਿਲਾ ਕੇ ਹਮੇਸ਼ਾ ਇਹ ਹੁੰਦਾ ਕਿ ਚੰਗੀ ਭਾਵਨਾ ਦੇ ਨਾਲ ਸੇਵਾ ਕਰਨਾ ਚਾਹੁੰਦੇ ਹਾਂ, ਕੰਮ ਕਰਨਾ ਚਾਹੁੰਦੇ ਹਾਂ, ਪਰ ਉਹ ਕਦੀ ਨਾ ਕਦੀ ਕੰਪੀਟੀਸ਼ਨ ਦੀ ਦੌੜ ਦੇ ਵਿੱਚ ਆ ਕੇ ਆ ਸੇਵਾ ਭਾਵਨਾ ਪਿੱਛੇ ਹਟ ਜਾਂਦੀ ਹੈ ਅਤੇ ਕੁਝ ਹੋਰ ਇਮੇਜ ਜਿਹੜੀ ਆ ਨਿਕਲ ਕੇ ਸਾਹਮਣੇ ਆ ਜਾਂਦੀ ਹੈ, ਜਿਹਨੂੰ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੀ ਆ ਆਪਣੇ ਆਪਣੇ ਅੰਦਰੋਂ ਕੱਢਣ ਦੀ ਲੋੜ ਹੈ। ਸੇਵਾ ਕਰੋ, ਰੱਜ ਕੇ ਕਰੋ, ਦਿਲ ਖੋਲ੍ਹ ਕੇ ਕਰੋ, ਸਾਫ਼ ਮਨ ਨਾਲ ਕਰੋ ਅਤੇ ਬਿਨਾਂ ਕਿਸੇ ਕੰਪੀਟੀਸ਼ਨ ਦੇ ਕਰੋ, ਤਾਂ ਆਈ ਥਿੰਕ ਉਹਦਾ ਮੇਵਾ ਹਮੇਸ਼ਾ ਜ਼ਰੂਰ ਮਿਲਦਾ, ਕਿਉਂਕਿ ਰੱਬ ਉਸ ਸੇਵਾ ਨੂੰ ਦੇਖ ਰਿਹਾ। ਸੋ ਆਈ ਥਿੰਕ ਸਾਨੂੰ ਸਾਰਿਆਂ ਨੂੰ ਇਸੇ ਦੇ ਉੱਤੇ ਜਿਹੜਾ ਉਹ ਖਾਸ ਤੌਰ ਦੇ ਉੱਤੇ ਧਿਆਨ ਦੇਣ ਦੀ ਲੋੜ ਹੈ। ਬਾਕੀ ਜਦੋਂ ਤੱਕ ਹਾਲਾਤ ਨਾਜ਼ੁਕ ਚੱਲ ਰਹੇ ਨੇ, ਆਪਣੇ ਪੱਧਰ 'ਤੇ ਕੋਸ਼ਿਸ਼ ਕਰੋ, ਸਾਰੇ ਮਦਦ ਦੇ ਹੱਥ ਜਿਹੜੇ ਨੇ ਉਹ ਅੱਗੇ ਜ਼ਰੂਰ ਵਧਾਓ। ਇਜਾਜ਼ਤ ਦਿਓ, ਕੱਲ੍ਹ ਫਿਰ ਮਿਲਾਂਗੇ ਦ ਮਾਰਨਿੰਗ ਸ਼ੋਅ ਦੇ ਵਿੱਚ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ, ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ 'ਤੇ ਕਲਿੱਕ ਕਰੋ।